ਦੋਸਤੋ ਸਫ਼ ਟੈਲੀਵਿਜ਼ਨ 'ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ ਅਤੇ ਅੱਜ ਆਪਣੇ ਨਾਲ ਨਰਾਇਣ ਦੱਤ ਜੀ, ਖਾਸ ਮਹਿਮਾਨ ਜੁੜੇ ਨੇ ਆਪਣੇ ਚੈਨਲ ਦੇ ਉੱਪਰ। ਦੱਤ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਆਇਆ ਜੀ। ਪੰਗੂ ਸਾਹਿਬ, ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸ਼ੁਕਰੀਆ ਜੀ। ਦੋਸਤੋ, ਦੱਤ ਸਾਹਿਬ ਨਾਲ ਇੱਕ ਬੜੇ ਹੀ ਅਹਿਮ ਅਸੀਂ ਵਿਸ਼ੇ ਨੂੰ ਛੂਵਾਂਗੇ, ਉਹ ਹੈਗਾ ਮਹੁਆ ਮਿੱਤਰਾ, ਜਿਹੜੇ TMC ਦੇ ਇੱਕ ਸੰਸਦ ਮੈਂਬਰ ਸੀ, ਬਾਹਰੋਂ ਪੜ੍ਹ ਕੇ ਆਏ ਸੀ, ਤੇਜ਼ ਤਰਾਰ ਸੀ, ਇੱਥੇ ਸੰਸਦ ਦੇ ਵਿੱਚ ਲਗਾਤਾਰ ਉਹ ਗੱਲ ਰੱਖਦੇ ਸੀ ਅਤੇ ਕਿਤੇ ਨਾ ਕਿਤੇ ਜਿਹੜੀ ਰੂਲਿੰਗ ਧਿਰ BJP ਹੈਗੀ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਖਟਕਦੇ ਸੀ ਉਹ। ਵੱਡਾ ਹੁਣ ਮਾਮਲਾ ਇਹ ਆ ਗਿਆ, ਤੁਸੀਂ ਕਿਸਾਨ ਅੰਦੋਲਨ ਦੇ ਵੇਲੇ ਵੀ ਦੇਖਿਆ ਹੋਊਗਾ ਕਿ ਇੱਕ ਨਾਮ ਨਿਕਲ ਕੇ ਆਇਆ ਸੀ, ਅੰਬਾਨੀ ਅਤੇ ਅਡਾਨੀ। ਉਸ ਤੋਂ ਬਾਅਦ ਸਿਲਸਿਲਾ ਲੰਮਾ ਚੱਲਿਆ, ਯਾਨੀ ਕਿ ਆਮ ਲੋਕਾਂ ਦੇ ਸਮਝ ਦੇ ਵਿੱਚ ਆਉਣ ਲੱਗ ਪਿਆ ਕਿ ਜਿਹੜਾ ਕਾਰਪੋਰੇਟ ਗਲਵਾ ਕਿਸ ਤਰੀਕੇ ਦੇ ਨਾਲ ਕਲਾਵੇ ਦੇ ਵਿੱਚ ਲੈਣਾ ਚਾਹੁੰਦਾ ਲੋਕਾਂ ਨੂੰ, ਲੋਕਾਂ ਦੀ ਪੂੰਜੀ ਨੂੰ, ਜ਼ਮੀਨਾਂ ਨੂੰ, ਜਾਇਦਾਦਾਂ ਨੂੰ, ਮਾਲਕੀਅਤ ਕਿਵੇਂ ਖਤਮ ਕਰਨਾ ਚਾਹੁੰਦਾ। ਤਾਂ ਹੁਣ ਮਹੁਆ ਮਿੱਤਰਾ ਨੂੰ ਸਸਪੈਂਡ ਕਰਤਾ ਗਿਆ। ਤੁਸੀਂ ਲਗਾਤਾਰ ਆਪਣੇ ਸਫ਼ ਚੈਨਲ ਦੇ ਉੱਪਰ ਸਾਰੀ ਗੱਲਾਂ ਬਾਤਾਂ ਸਮਝ ਚੁੱਕੇ ਹੋ ਕਿ ਗੱਲ ਕਿੱਥੇ ਤੱਕ ਪਹੁੰਚੀ ਹੈ, ਅਤੇ ਉੱਥੇ ਵੀ ਨਾਮ ਅਡਾਨੀ ਦਾ ਹੀ ਆਇਆ, ਯਾਨੀ ਕਿ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ ਕਿ ਕਾਰਪੋਰੇਟ ਸਰਕਾਰਾਂ ਦੀ ਆਪਸ ਦੇ ਵਿੱਚ ਜਿਹੜੇ ਮਿਲਗੋਬਾ, ਉਹ ਕਿਤੇ ਨਾ ਕਿਤੇ ਹਰ ਪੁਆਇੰਟ ਦੇ ਉੱਪਰ ਆਮ ਲੋਕਾਂ ਦੇ ਨਾਲ ਜਿਹੜਾ ਵੀ ਇਸ਼ੂ ਰੇਜ਼ ਹੁੰਦਾ ਉਹਦੇ ਨਾਲ ਆ ਕੇ ਉਹ ਇਨ ਟੱਚ ਹੋ ਜਾਂਦੇ ਨੇ। ਮਹੁਆ ਮਿੱਤਰਾਂ ਨੂੰ ਬਾਹਰ ਕਰਤਾ ਗਿਆ, ਤੁਸੀਂ ਦੇਖ ਚੁੱਕੇ ਹੋ ਸਾਰੀਆਂ ਗੱਲਾਂ, ਅਤੇ ਅੱਜ ਦੱਤ ਸਾਹਿਬ ਹੋਰਾਂ ਦੇ ਨਜ਼ਰੀਏ ਤੋਂ ਸਮਝਾਂਗੇ। ਦੱਤ ਸਾਹਿਬ ਹੋਰਾਂ ਦਾ ਇੱਕ ਲੰਮਾ ਜ਼ੀਮਨ ਹੈ, ਸੰਘਰਸ਼ਮਈ ਜ਼ੀਮਨ ਹੈ, ਲਗਾਤਾਰ ਉਹ ਕਾਰਪੋਰੇਟ ਦੇ ਖਿਲਾਫ ਅਤੇ ਜਿਹੜੀਆਂ ਹਕੂਮਤਾਂ ਦੇ ਡਾਕੇ ਨੇ ਆਮ ਲੋਕਾਂ ਦੇ ਹੱਕਾਂ ਦੇ ਉੱਪਰ, ਉਹਨਾਂ ਦੇ ਖਿਲਾਫ ਡਟਦੇ, ਬੋਲਦੇ ਅਤੇ ਲੜਦੇ ਰਹੇ ਨੇ। ਦੱਤ ਸਾਹਿਬ ਹੋਰੀ ਕਿਸ ਨਜ਼ਰੀਏ ਨਾਲ ਵੇਖ ਰਹੇ ਨੇ ਇਸ ਸਾਰੇ ਮਾਮਲੇ ਨੂੰ? ਹਾਲਾਂਕਿ ਸਿਕਿਉਰਿਟੀ ਬ੍ਰਿਚ ਦਾ ਵੀ ਮਾਮਲਾ ਆਇਆ ਸੰਸਦ ਦੇ ਵਿੱਚ, 150 ਤੋਂ ਵੱਧ ਜਿਹੜੇ MPC ਰਾਜ ਸਭਾ ਲੋਕ ਸਭਾ ਉੱਪਰਲੇ ਅਤੇ ਹੇਠਲੇ ਸਦਨ ਦੇ ਉਹ ਵੀ ਸਾਰੇ ਸਸਪੈਂਡ ਕਰਤੇ ਗਏ। ਤਮਾਮ ਤਰ੍ਹਾਂ ਦੀ ਅਪਡੇਟ ਹੁਣ ਤੱਕ ਅਸੀਂ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਅੱਜ ਦੱਤ ਸਾਹਿਬ ਦੇ ਨਜ਼ਰੀਏ ਤੋਂ ਸਾਰੀ ਗੱਲਬਾਤ ਸਮਝਣ ਦਾ ਯਤਨ ਕਰਾਂਗੇ। ਦੱਤ ਸਾਹਿਬ, ਦੇਖੋ ਕਿ ਮਹੁਆ ਮਿੱਤਰਾ TMC ਦੇ ਉਹ ਇੱਕ ਤੇਜ਼ ਤਰਾਰ ਸੰਸਦ ਸੀ, ਸਸਪੈਂਡ ਕਰਤੇ ਗਏ, ਉਹ ਬਿਲਕੁਲ ਘਰ ਨੂੰ ਤੋਰਤੇ ਗਏ, ਅਤੇ ਇਸ ਦੇ ਉੱਪਰ ਵੱਖ ਵੱਖ ਪ੍ਰਤੀਕਿਰਿਆਵਾਂ ਆਈ। ਇੱਕ ਕਮੇਟੀ ਵੀ ਬੈਠੀ, ਉਸ ਕਮੇਟੀ ਦੇ ਵਿੱਚ ਵੀ ਜ਼ਿਕਰ ਹੋਇਆ ਮਹੁਆ ਮਿੱਤਰਾ, ਉਹਨੇ ਜ਼ਿਕਰ ਕੀਤਾ ਕਿ ਉਹ ਸਵਾਲ ਪੁੱਛੇ ਗਏ ਜਿਹੜੀ ਪ੍ਰਾਈਵੇਸੀ ਨਾਲ ਜੁੜੇ ਹੋਏ ਸੀ। ਉਸ ਕਮੇਟੀ ਦੇ ਪੰਜਾਬ ਤੋਂ ਪਟਿਆਲਾ ਤੋਂ ਮੈਂਬਰ ਪ੍ਰਨੀਤ ਕੌਰ ਵੀ ਸੀ, ਤਮਾਮ ਤਰ੍ਹਾਂ ਦੇ ਮਾਮਲੇ ਨੇ। ਸੋ ਤੁਹਾਡਾ ਜਿਹੜਾ ਵਿਜ਼ਨ ਹੋਊਗਾ ਇਹਨਾਂ ਚੀਜ਼ਾਂ ਨੂੰ ਵੇਖਣ ਦਾ, ਉਹ ਆਮ ਲੋਕਾਂ ਨਾਲੋਂ ਹਟ ਕੇ ਹੋਊਗਾ। ਤੁਸੀਂ ਉਹ ਚੀਜ਼ ਵੀ ਦੇਖੋਗੇ ਜੋ ਆਮ ਲੋਕਾਂ ਦੇ ਸਮਝ ਦੇ ਵਿੱਚ ਨਹੀਂ ਆਊਗੀ। ਸੋ ਕੀ ਪ੍ਰਤੀਕਿਰਿਆਵਾਂ ਰੱਖਦੇ ਹੋ ਦੱਤ ਸਾਹਿਬ ਇਸ ਪੂਰੇ ਮਾਮਲੇ 'ਤੇ? ਪੰਗੂ ਸਾਹਿਬ, ਆਪਾਂ ਆਪਣੀ ਗੱਲ ਸ਼ੁਰੂ ਕਰੀਏ ਕਿ ਤੁਸੀਂ ਵਿਸ਼ਾ ਦੱਸਤਾ ਤੇ ਵਿਸ਼ਾ ਮੈਂ ਸਮਝਾ ਕਿ ਅੱਜ ਆਪਾਂ ਬਹੁਤ ਮਹੱਤਵਪੂਰਨ ਵਿਸ਼ੇ ਤੇ ਗੱਲ ਸਾਂਝੀ ਕਰ ਰਹੇ ਹਾਂ। ਇਹ ਵਿਸ਼ਾ ਜੇ ਆਪਾਂ ਇਕੱਲੇ ਤ੍ਰਿਣਮੂਲ ਕਾਂਗਰਸ ਦੇ MP ਮਹੁਆ ਮਿੱਤਰਾ ਤੱਕ ਸੀਮਿਤ ਕਰ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਦੇਖਣ ਨੂੰ ਇਹ ਬੜਾ ਛੋਟਾ ਵਿਸ਼ਾ ਲੱਗੂਗਾ, ਪਰ ਇਹਦੀ ਧਰਾਤਲ ਥੱਲੇ ਬਹੁਤ ਕੁਝ ਛੁਪਿਆ ਹੋਇਆ, ਇਹਦੇ ਪਿੱਛੇ ਕਾਰਨ ਬਹੁਤ ਵੱਡੇ ਆ। ਜਿਵੇਂ ਤੁਸੀਂ ਪਹਿਲਾਂ ਆਪਦੀ ਗੱਲਬਾਤ ਦੇ ਵਿੱਚ ਹੀ ਇਹ ਚਰਚਾ ਕੀਤੀ ਹੈ ਕਿ ਜਿਹੜੇ ਮਹੁਆ ਮਿੱਤਰਾ ਉਹਦਾ ਜਿਹੜਾ ਸਵਾਲ ਕਿਹਦੇ ਕਿ ਸਵਾਲ ਉਹਦੇ ਕੀ ਪੁੱਛੇ ਹੈ। ਇਸ ਤੋਂ ਪਹਿਲਾਂ ਆਪਾਂ ਥੋੜ੍ਹੀ ਜਿਹੀ ਗੱਲ ਕਰ ਲਈਏ ਕਿ ਇਹ ਜਿਹੜਾ ਮਹੁਆ ਮਿੱਤਰਾ ਨੂੰ ਮੁਅੱਤਲ ਨਹੀਂ ਕੀਤਾ, ਅਸਲ 'ਚ ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ। ਮੈਂਬਰਸ਼ਿਪ ਖਾਰਜ ਕਰਨ ਪਿੱਛੇ ਇੱਕ ਇੰਟਰਵਿਊ ਹੁੰਦੀ ਹੈ, ਉਹ NDTV ਨਾਲ। NDTV ਜਿਹੜਾ ਅੱਜ ਕੱਲ੍ਹ ਅਡਾਨੀ ਸਾਹਿਬ ਦੀ ਮਾਲਕੀ 'ਚ ਚਲਿਆ ਗਿਆ, ਜਿਹੜਾ NDTV ਮੋਦੀ ਸਰਕਾਰ ਦੀ ਅੱਖ 'ਚ ਰੋੜ ਵਾਂਗ ਰੜਕਦਾ ਰਿਹਾ। ਰਵੀਸ਼ ਕੁਮਾਰ ਹੋਰੀ, ਸੰਕਤ ਉਪਾਧਿਆ ਹੋਰੀ, ਸਾਡੇ ਕਿੰਨੇ ਹੋਰ ਪੱਤਰਕਾਰ ਸੀ ਜਿਹੜੇ ਉੱਥੋਂ ਲੋਕਾਂ ਦੇ ਪੱਖ ਦੀ ਗੱਲ ਕਰਦੇ ਰਹਿੰਦੇ ਹੁੰਦੇ ਸੀ।
ਰਵੀਸ਼ ਕੁਮਾਰ ਦਾ ਪ੍ਰਾਈਮ ਟਾਈਮ ਹਰ ਬੰਦਾ ਜਿਹੜਾ ਬੰਦਾ ਮੋਦੀ ਭਗਤ ਨਹੀਂ, ਜਿਹੜਾ ਬੰਦਾ ਹਾਕਮਾਂ ਦੇ ਪੈਰ 'ਚ ਪੈਰ ਤੱਕ, ਜਿਹੜਾ ਜਿਹਦੇ ਅੰਦਰ ਜਾਣਨ ਦੀ ਕੋਈ ਕਰਿਓਸਿਟੀ ਹੁੰਦੀ ਸੀ, ਉਹ ਸੋਚਦਾ ਸੀ ਕਿ ਮੋਦੀ, ਮੈਂ NDTV ਦਾ ਪ੍ਰਾਈਮ ਟਾਈਮ 9 ਵਜੇ ਤੋਂ ਲੈ ਕੇ 10 ਵਜੇ ਤੱਕ ਦੇਖਣਾ, ਉਹਦਾ ਸਮਾਂ ਛੱਡਦਾ ਹੁੰਦਾ ਸੀ। ਜਦੋਂ ਮੋਦੀ ਨੇ, ਮੋਦੀ ਦੀ ਸ਼ਹਿ ਦੇ ਉੱਤੇ, ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਹੋਰਾਂ ਦੀ ਸ਼ਹਿ ਦੇ ਉੱਤੇ, ਉਹਨਾਂ ਦੀ ਪੂਰੀ ਸਾਜਿਸ਼ ਦੇ ਨਾਲ NDTV ਆਪਦੇ ਕਬਜ਼ੇ 'ਚ ਕਰ ਲਿਆ, ਤਾਂ NDTV ਦੇ ਉੱਤੇ ਜਿਹੜਾ ਐਥਿਕਸ ਕਮੇਟੀ, ਜਿਹੜੀ ਪਾਰਲੀਮੈਂਟ ਦੀ ਕਮੇਟੀ ਬਣਾਈ ਗਈ, ਜਿਹਦੇ ਪ੍ਰਧਾਨ ਭਾਜਪਾ ਦੇ MP ਵਿਨੋਦ ਸੋਨਕਰ ਨੇ, ਉਹ NDTV ਤੇ ਜਾ ਕੇ ਇੰਟਰਵਿਊ ਦਿੰਦੇ ਆ। ਇੰਟਰਵਿਊ ਦੇ ਕੇ ਇਹ ਗੱਲ ਦਾ ਖੁਲਾਸਾ ਕਰਦੇ ਆ ਕਿ ਮੈਨੂੰ ਜਾਣਕਾਰੀ ਮਿਲੀ ਹੈ, ਮੈਨੂੰ ਕਿਸੇ ਫਲਾਨੇ MP ਨੇ, ਜਿਹੜਾ ਨਿਸ਼ੀਕਾਂਤ ਦੁਬੇ BJP ਦਾ MP ਹੈ, ਨਿਸ਼ੀਕਾਂਤ ਦੁਬੇ ਨੇ ਮੈਨੂੰ ਦੱਸਿਆ ਜਾਂ ਮੈਨੂੰ ਇੱਕ ਮੇਰੇ ਕੋਲ ਰਿਪੋਰਟ ਭੇਜੀ ਹੈ ਕਿ ਮਹੁਆ ਮਿੱਤਰਾ ਨੇ ਜਿਹੜਾ ਇੱਕ ਪਾਰਲੀਮੈਂਟ ਦੇ ਮੈਂਬਰ ਲਈ ਸਵਾਲ ਪੁੱਛਣ ਦਾ ਇੱਕ ਕ੍ਰਿਟੀਰੀਆ ਤੈਅ ਕੀਤਾ ਜਾਂਦਾ ਹੈ, ਪੈਮਾਨਾ ਤੈਅ ਕੀਤਾ ਜਾਂਦਾ ਹੈ ਕਿ ਉਸ ਪੈਮਾਨੇ ਦੇ ਤਹਿਤ ਉਹ ਸੰਸਦ ਦੇ ਵਿੱਚ ਸਵਾਲ ਪੁੱਛਦੇ ਆ, ਵੀ ਉਹਨੇ ਇੱਕ ਜਿਹੜਾ ਆਪਦਾ ਪਾਸਵਰਡ ਹੈ, ਉਹ ਪਾਸਵਰਡ ਕਿਸੇ ਨੂੰ, ਕਿਸੇ ਹੋਰ, ਜਿਹੜਾ ਮੈਂ ਸਮਝਦਾ ਕਿ ਇੱਕ ਵਪਾਰਕ ਘਰਾਣਾ ਹੈ, ਹੋਰ ਵਪਾਰਕ ਘਰਾਣਾ ਹੈ, ਵੀ ਉਹਨੂੰ ਪਾਸਵਰਡ ਦਿੱਤਾ ਤੇ ਪਾਸਵਰਡ ਤੋਂ ਉਹਨੇ ਸਵਾਲ ਪੇਸ਼ ਕੀਤੇ ਤੇ ਉਹਨਾਂ ਸਵਾਲਾਂ ਦੇ ਦਿੱਤਾ, ਉਹ ਸਵਾਲ ਜਾਣੀ ਉਹ ਸਵਾਲ ਪੁੱਟ ਜਿਹੜੇ ਪਾਰਲੀਮੈਂਟ 'ਚ ਸਵਾਲ ਸਪੀਕਰ ਕੋਲ ਜਾਂਦੇ ਆ, ਵੀ ਮਹੁਆ ਮੋਹਿਤਰਾ ਨਹੀਂ ਸੀ ਸਵਾਲ ਪੇਸ਼ ਪੁੱਟ ਕਰਦੀ, ਅਸਲ 'ਚ ਜਿਹੜਾ ਉਹ ਘਰਾਣਾ ਸੀ, ਜਿਹੜਾ ਮੈਂ ਸਮਝਦਾ ਕਿ ਘਰਾਣੇ ਦੀ ਗੱਲ ਆਪਾਂ ਕਰੀਏ, ਹੀਰਾ ਨੰਦਨੀ ਜਿਹੜਾ ਘਰਾਣਾ ਸੀ, ਉਹ ਘਰਾਣੇ ਦਾ ਦਰਸ਼ਨ ਹੀਰਾ ਨੰਦਨੀ ਸੀ ਜਿਹੜਾ, ਉਹਨੇ ਮਤਲਬ ਸਵਾਲ ਨੂੰ ਪਾਸਵਰਡ ਦਿੱਤਾ ਤੇ ਪਾਸਵਰਡ ਦੇ ਨਾਲ ਵੀ ਪਾਰਲੀਮੈਂਟ ਦੀ ਜਿਹੜੀ ਮਰਿਆਦਾ ਸੀ ਉਹ ਭੰਗ ਹੋ ਗਈ, ਇਸ ਕਰਕੇ ਉਹਦੇ ਖਿਲਾਫ਼ ਦੋਸ਼ ਲੱਗਣਾ ਚਾਹੀਦਾ। ਇਹ ਸਵਾਲ ਸਾਡੇ ਸਾਹਮਣੇ NDTV ਦੇ ਨਿਸ਼ੀਕਾਂਤ ਦੁਬੇ ਦੇ ਆਧਾਰ ਤੇ, ਗਾਹਾਂ ਨਿਸ਼ੀਕਾਂਤ ਦੁਬੇ ਨੇ ਕਿਸ ਆਧਾਰ ਤੇ ਲਾਇਆ, ਉਹ ਇੱਕ ਵਕੀਲ ਹੈ ਸੁਪਰੀਮ ਕੋਰਟ ਦਾ, ਜਿਹੜਾ ਜੈ ਅਨੰਤ ਦੇਹਾਦਰਈ ਹੈ, ਉਹ ਦੇਹਾਦਰਈ ਜਿਹੜਾ ਜੈ ਅਨੰਤ ਹੈ, ਉਹ ਖੁੱਲੇ ਤੌਰ ਤੇ ਪਾਰਲੀਮੈਂਟ ਦੇ ਵਿੱਚ ਨਹੀਂ, ਉਹ ਆਪਦੇ ਜਿਹੜਾ ਸੁਪਰੀਮ ਕੋਰਟ ਹੈ, ਸੁਪਰੀਮ ਕੋਰਟ ਦਾ ਵਕੀਲ ਨੇ, ਉਹ ਵਕੀਲ ਦੇ ਤੌਰ ਤੇ ਆਪਦੀਆਂ ਇਹਨਾਂ ਇਹੋ ਜਿਹੇ ਬਿਆਨ ਦੇਣ ਦੇ ਲਈ ਜਾਣੇ ਜਾਂਦੇ ਆ, ਔਰ ਮੋਦੀ ਦਾ ਸਭ ਪ੍ਰਧਾਨ ਮੰਤਰੀ ਦਾ ਜਾਂ ਮੋਦੀ ਦੀ ਉਹ ਤਾਰੀਫ ਕਰ ਚੁੱਕੇ ਆ, ਔਰ ਇਦੋਂ ਪਹਿਲਾਂ ਇੱਕ ਵਾਰ ਜਦੋਂ ਉਹਨਾਂ ਨੇ ਇੱਕ ਸਵਾਲ ਇਹੋ ਜਿਹੀ ਕੀਤਾ ਸੀ, ਜਦੋਂ ਬੇਸ਼ਰਮ ਟਾਈਪ ਸ਼ਬਦ ਵਰਤਿਆ ਸੀ ਉਹਨਾਂ ਨੇ, ਰਾਘਵ ਚੱਡੇ ਵਾਸਤੇ, ਤੁਹਾਨੂੰ ਚੇਤੇ ਹੋਣਾ, ਆਮ ਆਦਮੀ ਪਾਰਟੀ ਦੇ ਵੀ ਆਗੂ ਵਾਸਤੇ ਜਿਹੜਾ MP ਨੇ, ਉਹਦੇ ਵਾਸਤੇ ਵੀ ਉਹਨੇ ਬੇਸ਼ਰਮ ਤੱਕ ਸ਼ਬਦ ਵਰਤਿਆ। ਇਹ ਆਧਾਰ ਬਣਾਇਆ, ਇਹ ਆਧਾਰ ਕਦੋਂ ਹੋਇਆ ਕਿ 15 ਅਕਤੂਬਰ 2023 ਇਹ ਐਥਿਕਸ ਕਮੇਟੀ ਕੋਲ ਗਿਆ, ਐਥਿਕਸ ਕਮੇਟੀ ਨੇ ਪਹਿਲਾਂ ਹੀ ਉੱਥੇ ਜਾ ਕੇ ਜ਼ਾਹਰ ਕਰਤਾ, ਔਰ ਜਿਹੜਾ 8 ਦਸੰਬਰ 2023 ਨੂੰ ਮੋਹਿਤਾ, ਜਿਹੜੀ ਮਹੁਆ ਮੋਹਿਤਾ, ਉਹਨੂੰ ਮੁਅੱਤਲ ਕਰਤਾ ਗਿਆ, ਉਹਨੂੰ ਸਸਪੈਂਡ ਕਰਤਾ ਗਿਆ, ਉਹਨੂੰ ਖਾਰਜ ਕਰਤਾ ਗਿਆ, ਉਹਨੂੰ ਬੋਲਣ ਦਾ ਮੌਕਾ ਵੀ ਨਹੀਂ ਦਿੱਤਾ ਗਿਆ ਕਿ ਮੈਂ ਆਪਦਾ ਪੱਖ ਵੀ ਰੱਖ ਦੇਵਾਂ ਪਾਰਲੀਮੈਂਟ ਦੇ ਅੰਦਰ। ਜਦੋਂ ਸਪੀਕਰ ਨੇ ਜਦੋਂ ਇਹ ਮਤਾ ਰੱਖਿਆ, ਮਤੇ ਤੇ ਵੋਟਿੰਗ ਕਰਾਈ, ਤਾਂ ਉਹਨੇ ਮਤਾ ਰੱਖਣ ਤੇ ਉਹਨੇ ਆਪਦਾ ਮਤ ਰੱਖਣ ਦਾ, ਵੀ ਐਥਿਕਸ ਕਮੇਟੀ ਤੁਸੀਂ ਆਪਦਾ ਮਤ ਰੱਖਤਾ ਵੀ ਹੁਣ ਪਾਰਲੀਮੈਂਟ ਦੇ ਵਿੱਚ। ਇਹ ਤਾਂ ਜਿਹੜਾ ਆਪਾਂ ਪੁਲਿਸ ਨੂੰ ਇੱਕ ਕਹਿੰਦੇ ਹੁੰਦੇ ਹਾਂ ਵੀ ਜਲਾਦ ਵੀ ਉਹੀ ਹੈ ਤੇ ਜੱਜ ਵੀ ਉਹੀ ਹੈ, ਐਥਿਕਸ ਕਮੇਟੀ ਨੇ ਹੀ ਉਹਨਾਂ ਤੋਂ ਉਹਨਾਂ ਦੀ ਪੜਤਾਲ ਕੀਤੀ। ਐਥਿਕਸ ਕਮੇਟੀ ਦੀ ਪੜਤਾਲ ਪਾਰਲੀਮੈਂਟ 'ਚ ਰੱਖੀ ਗਈ, ਸਪੀਕਰ ਤੋਂ ਜਦੋਂ ਉਹਨੇ ਬੋਲਣ ਦਾ ਮੌਕਾ ਮੰਗਿਆ ਕਿ ਮੈਨੂੰ ਆਪਦਾ ਪੱਖ ਇਹ ਤੇ ਰੱਖਣ ਦਾ ਮੌਕਾ ਦਿੱਤਾ ਜਾਵੇ, ਤਾਂ ਮੈਂ ਸਮਝਾ ਕਿ ਉਹਦਾ ਵੀ ਇੱਕ ਤਰ੍ਹਾਂ ਦੀ ਜਿਵੇਂ ਆਮ ਲੋਕਾਂ ਦੀ ਪੰਗੂ ਸਾਹਿਬ ਸੰਗੀ ਘੁੱਟੀ ਜਾਂਦੀ ਆ, ਗਲਾ ਘੁੱਟਿਆ ਜਾਂਦਾ, ਜ਼ਬਾਨ ਬੰਦ ਕੀਤੀ ਜਾਂਦੀ ਆ, ਭਾਵੇਂ ਪੱਤਰਕਾਰ ਹੋਣ, ਭਾਵੇਂ ਬੁੱਧੀਜੀਵੀ ਹੋਣ, ਭਾਵੇਂ ਸਾਡੇ ਵਿਦਿਆਰਥੀ ਹੋਣ, ਉਹਨਾਂ ਦੀ ਸੰਗੀ ਘੁੱਟੀ ਜਾਂਦੀ ਆ ਕਿ ਤੁਸੀਂ ਬੋਲ ਨਹੀਂ ਸਕਦੇ, ਤੁਹਾਡੀ ਆਵਾਜ਼ ਦਾ ਅਸੀਂ ਇਸ ਢੰਗ ਦੇ ਨਾਲ ਉੱਥੇ ਤਰ੍ਹਾਂ ਤਰ੍ਹਾਂ ਦੀਆਂ ਬੰਦਸ਼ਾਂ ਲਾ ਕੇ ਬੰਦ ਕਰਦੇ। ਉੱਥੇ ਮੈਂ ਸਮਝਦਾ ਕਿ ਇੱਕ MP ਦਾ ਵੀ ਉਹਨਾਂ ਨੇ ਗਲਾ ਘੁੱਟਿਆ, ਉਹਨੂੰ ਆਵਾਜ਼, ਉਹਨੇ ਹਾਲਾਂਕਿ ਉਹਨੇ ਕਿਹਾ ਕਿ ਮੈਨੂੰ ਤੁਸੀਂ ਬੋਲਣ ਦਾ ਮੌਕਾ ਦਿਓ, ਉਹਦਾ ਬਿਨਾਂ ਮੌਕਾ ਦਿੱਤਿਆਂ
ਪਾਰਲੀਮੈਂਟ ਦੇ ਵਿੱਚ ਅਭੀ ਬਹੁ ਸੰਮਤੀ ਦੇ ਜੋੜ ਤੇ ਜਿਹੜੀ ਮੋਹਾ ਮੋਹਿਤਾ ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ। ਇਹ ਮੈਂ ਸਮਝਦਾ ਕਿ ਜਿਹੜੀ ਇੱਥੋਂ ਦੇ ਹਾਕਮ ਕਹਿੰਦਾ ਕਿ ਅਸੀਂ ਇੱਥੇ ਡੈਮੋਕ੍ਰੇਸੀ ਜਿਹੜੀ ਜਮਹੂਰੀਅਤ ਦੀ ਗੱਲ ਕਰਦੇ ਹਾਂ ਪੈਰ ਪੈਰ ਤੇ, ਜਿਹੜਾ ਕਹਿੰਦਾ ਕਿ ਭਾਰਤ ਸਭ ਤੋਂ ਵੱਡੀ ਜਮਹੂਰੀਅਤ ਹੈ, ਉਹ ਜਮਹੂਰੀਅਤ ਦਾ ਜਨਾਜ਼ਾ ਖੁਦ ਪਾਰਲੀਮੈਂਟ ਦੇ ਅੰਦਰ ਨਿਕਲ ਰਿਹਾ ਹੈ ਕਿ ਜਿੱਥੇ ਇੱਕ ਐਮ ਪੀ ਨੂੰ ਆਪਦਾ ਪੱਖ ਰੱਖ, ਮੈਂ ਉਹਨੇ ਸਵਾਲ ਪੁੱਛੇ ਹੋ ਸਕਦੇ ਆ ਉਹਨੇ ਕਾਰਪੋਰੇਟਾਂ ਦੇ ਪੱਖ ਦੇ ਵਿੱਚੋਂ, ਕਿਉਂ ਉਹਨੇ ਸਵਾਲ ਮੇਨ ਤੌਰ ਤੇ ਹਿੰਡਨਬਰਗ ਦੀ ਰਿਪੋਰਟ ਤੇ ਪੁੱਛਿਆ ਸੀ ਜਾਂ ਕੋਲਾ, ਖਾਸ ਕਰਕੇ ਜਿਹੜਾ ਕੋਲਾ ਇੰਪੋਰਟ ਹੁੰਦਾ, ਜਿਹੜਾ ਕੋਲਾ ਖਾਣਾ ਅਡਾਨੀ ਨੂੰ ਦਿੱਤੀਆਂ ਗਈਆਂ ਨੇ ਕਿ ਕਿਵੇਂ ਕੋਲਾ ਇੰਪੋਰਟ ਹੋ ਕੇ ਜਾਂ ਉੱਥੇ ਧੁਆਈ ਕਰਕੇ, ਮਤਲਬ ਬਾਕੀ ਥਾਵਾਂ ਤੇ ਕੋਲਾ ਸਸਤਾ ਮਿਲਦਾ, ਤੇ ਇੱਕ ਜਿਹੜੀ ਮੋਦੀ ਸਰਕਾਰ ਹੈ ਉਹਨੇ ਉਹਨਾਂ ਕੋਲਾ ਖਾਣਾ ਨੂੰ ਅਲਾਟ ਕੀਤਾ ਤੇ ਅਲਾਟ ਕਰਨ ਦੇ ਵਿੱਚੋਂ ਮੁਨਾਫਾ ਉਹਨਾਂ ਨੇ ਕਮਾਇਆ ਤੇ ਜਿੱਥੋਂ ਦੂਜੀਆਂ ਕੋਲਾ ਖਾਣ ਤੋਂ ਕੋਲਾ ਵਧੀਆ ਢੰਗ ਦੇ ਨਾਲ ਘੱਟ ਕੀਮਤ ਤੇ ਸਪਲਾਈ ਹੁੰਦਾ, ਉਹਨੇ ਦੇਖਦੇ ਕਿੰਨੇ ਹਜ਼ਾਰ ਕਰੋੜ ਰੁਪਇਆ ਇੱਥੋਂ ਗਲਬਾ ਜਿਹੜਾ ਕਮਾਇਆ ਹਿੰਡਨਬਰਗ ਮੋਦੀ ਦੇ ਜਿਹੜਾ ਅਡਾਨੇ ਅਡਾਨੀ ਜਾਂ ਖਾਣਾ, ਸਵਾਲ ਉਹਦਾ ਇੰਨੇ ਸੀ ਤੇ ਇਹ ਉਹਦੇ ਸਵਾਲ ਜੇ ਪੁੱਛੇ ਹੈ। ਇਹ ਸਵਾਲ ਦਾ ਮੈਂ ਸਮਝਦਾ ਕਿ ਕਿੱਡਾ ਕੁ ਵੱਡਾ ਕਸੂਰ ਹੈ, ਇਹ ਸਵਾਲ ਨੂੰ ਸਾਨੂੰ ਜਾਣਨ ਦੀ ਲੋੜ ਹੈ ਕਿ ਇੱਕ ਪ੍ਰਤੀ ਮਹੂਆ ਮੋਹਿਤਰਾ ਨੇ ਹੀ ਜਿਹੜੀ ਸੰਵਿਧਾਨ ਦੀ ਜਿਹੜੀ ਪਾਰਲੀਮੈਂਟ ਦੀ ਮਰਿਆਦਾ ਉਹ ਭੰਗ ਕੀਤੀ ਹੈ, ਜਾਂ ਪਾਰਲੀਮੈਂਟ ਦੀ ਮਰਿਆਦਾ ਨੂੰ ਭੰਗ ਕਰਨ ਦਾ ਜਿਹੜਾ ਢੰਗ ਹੈ ਉਹਨੂੰ ਪੜਤਾਲਣ ਦਾ ਢੰਗ ਹੈ, ਉਹਦੀ ਸਜ਼ਾ ਕਿੰਨੀ ਹੈ। ਮੈਂ ਸਮਝਦਾ ਕਿ ਅਸਲ 'ਚ ਜੇ ਆਪਾਂ ਐਂਗਲ ਕਰਨੀ ਹੋਵੇ ਕਿ ਇਹ ਪਾਸਵਰਡ ਦੇਤਾ, ਉਹਨਾਂ ਨੂੰ ਵੈਬਸਾਈਟ ਦੱਸਤੀ, ਉਹਦਾ ਲੌਗਇਨ ਦੱਸਤਾ, ਜਦੋਂ ਆਪਾਂ ਥੋੜ੍ਹੀ ਜਿਹੀ ਗੱਲ ਪਿੱਛੇ ਲੈ ਜਾਈਏ ਤਾਂ ਇਹ ਅਸਲ 'ਚ ਪਿੱਛੇ ਚੁਭਦਾ ਕੀ ਹੈ, ਚੁਭਦਾ ਇਹ ਹੈ ਕਿ ਮਹੂਆ ਮੋਹਿਤਰਾ ਨੇ ਅਡਾਨੀ ਬਾਰੇ ਸਵਾਲ ਕਿਉਂ ਕਰਤੇ, ਕਿਉਂ ਅਡਾਨੀ ਦੀ ਇਸ ਸਾਡੀ ਸੱਤਾ ਦੇ ਵਿੱਚ, ਸਾਡੀ ਰਾਜ ਸੱਤਾ ਦੇ ਵਿੱਚ, ਕੇਂਦਰ ਦੀ ਹਕੂਮਤ ਦੀ ਸੱਤਾ ਦੇ ਵਿੱਚ ਕਿੰਨੀ ਭੁਗਤ ਹੈ ਇਹਨੂੰ ਸਾਨੂੰ, ਜਦੋਂ ਇਹ ਸਰਕਾਰ 2014 'ਚ ਭੰਗੂ ਸਾਹਿਬ ਪਹਿਲੀ ਆਪਦੀ ਜਿਹੜੀ ਟਰਮ ਹੈ ਉਹਦੇ ਵਿੱਚ ਹੋਣ 'ਚ ਆਉਂਦੀ ਹੈ ਤਾਂ ਗੁਜਰਾਤ ਦੇ ਵਿੱਚੋਂ ਸਾਡੇ ਪ੍ਰਧਾਨ ਮੰਤਰੀ ਜਿਸ ਜਹਾਜ਼ ਦੇ ਵਿੱਚ ਦਿੱਲੀ ਆਉਂਦੇ ਹੈ ਤਾਂ ਉਸ ਜਹਾਜ਼ ਦੇ ਉੱਤੇ ਪੂਰੇ ਦੇ ਪੂਰੇ ਦੇ ਉੱਤੇ ਨੌ ਅਡਾਨੀ ਵੱਡੀ ਵੱਡਾ ਕਰਕੇ ਅਡਾਨੀ ਲਿਖਿਆ ਹੋਇਆ ਸੀ। ਇਹ ਗੱਲ ਕੀ ਇੱਕ ਪ੍ਰਧਾਨ ਮੰਤਰੀ ਜਿਹੜਾ ਸਹੁੰ ਚੁੱਕਣ ਆਉਂਦਾ ਜੇ ਉਹ ਅਡਾਨੀ ਦੇ ਜਹਾਜ਼ ਦੇ ਵਿੱਚ ਆ ਰਿਹਾ ਹੈ, ਇਹ ਦੋਸ਼ ਉਹ ਵੱਡਾ ਜਾਂ ਦੋਸ਼ ਇਹ ਵੱਡਾ ਕਿ ਕਿਸੇ ਇੱਕ ਆਪਦੇ ਐਮ ਪੀ ਨੇ ਆਪਦਾ ਪਾਸਵਰਡ, ਆਪਦੀ ਵੈਬਸਾਈਟ ਜਿਹੜੀ ਪਾਰਲੀਮੈਂਟ ਦੀ ਹੈ ਉਹ ਦੇ ਦਿੱਤਾ, ਇਹਨੂੰ ਕੋਈ ਬਰੀ ਨਹੀਂ ਕੀਤਾ ਜਾ ਸਕਦਾ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਲਈ ਉਹਨੇ ਸਵਾਲ ਪੁੱਛੇ ਆ, ਉਹਨੂੰ ਦੱਸਿਆ, ਉਹ ਕਾਰਪੋਰੇਟ ਘਰਾਣੇ ਆਪਦੀ ਲੌਬਿੰਗ ਐਮ ਪੀ ਦੇ ਅੰਦਰ ਕਰਦੇ ਰਹੇ ਆ। ਪਿਛਲੇ ਸਮੇਂ 'ਚ ਇੱਕ ਰਿਪੋਰਟ ਜਾਰੀ ਹੋਈ ਹੈ ਜਿਹੜੀ ਮੈਂ ਪੜ੍ਹ ਰਿਹਾ ਸੀ ਭੰਗੂ ਸਾਹਿਬ, ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹ ਕਿੰਨੇ ਸਵਾਲ ਲੋਕ ਹਿੱਤਾਂ ਦੇ ਪੁੱਛਦੇ ਆ ਤੇ ਕਿੰਨੇ ਸਵਾਲ ਉਹ ਕਾਰਪੋਰੇਟ ਘਰਾਣੇ ਦੇ ਪੁੱਛਦੇ ਆ। ਉਹ ਰਿਪੋਰਟ ਇਹ ਹੈ ਕਿ 44% ਜਿਹੜੇ ਸਵਾਲ ਨੇ ਪਾਰਲੀਮੈਂਟ ਮੈਂਬਰਾਂ ਦੇ ਉਹ ਕਾਰਪੋਰੇਟ ਘਰਾਣਿਆਂ ਨਾਲ ਸੰਬੰਧਿਤ ਸਵਾਲ ਨੇ ਤੇ ਜਿਹੜੇ ਲੋਕਾਂ ਦੇ ਮਸਲਿਆਂ ਨਾਲ ਸਵਾਲ ਨੇ, ਬੇਰੁਜ਼ਗਾਰੀ ਦੇ, ਮਹਿੰਗਾਈ ਦੇ, ਗਰੀਬੀ ਦੇ ਤੇ ਜਿਹੜੇ ਹੋਰ ਸਾਡੇ ਲੋਕਾਂ ਦੇ ਬੁਨਿਆਦੀ ਮਸਲੇ ਆ, ਇਹਨਾਂ 'ਤੇ ਸਿਰਫ 3% ਸਾਰੇ ਐਮ ਪੀ ਆ ਜਿਹੜੇ ਉਹ ਸਵਾਲ ਪੁੱਛਦੇ ਆ। ਤੇ ਸਵਾਲ ਇਹ ਨਹੀਂ ਬਣਨਾ ਚਾਹੀਦਾ ਕਿ ਪਾਰਲੀਮੈਂਟ ਦੇ ਵਿੱਚ ਜਿਹੜੇ ਮੈਂਬਰ ਜਾਂਦੇ ਆ ਉਹ ਚੁਣ ਕੇ ਜਾਂਦੇ ਆ ਲੋਕਾਂ ਦੁਆਰਾ ਤੇ ਉਹ ਲੋਕਾਂ ਦੇ ਸਵਾਲ ਕਿੰਨੇ ਪੁੱਛਦੇ ਆ, ਕਦੇ ਕਿਸੇ ਪਾਰਲੀਮੈਂਟ ਨੇ ਇਹ ਸਵਾਲ ਖੜਾ ਕੀਤਾ ਕਿ ਤੁਸੀਂ ਜਿਸ ਗੱਲ ਲਈ ਇੱਥੇ ਆਏ ਹੋ, ਤੁਸੀਂ ਕਿਸੇ ਪਾਰਲੀਮੈਂਟ ਹਲਕੇ ਦੀ 20 ਲੱਖ ਦੀ ਵੋਟ ਦਾ, ਕਿਸੇ ਦੀ 30 ਲੱਖ ਦੀ ਵੋਟ ਦਾ, ਕਿਸੇ 25 ਲੱਖ ਦੀ ਵੋਟ ਦਾ, ਤੁਸੀਂ ਉਹਦੀ ਨੁਮਾਇੰਦਗੀ ਕਰਨ ਵਾਸਤੇ ਇੱਥੇ ਆਉਂਦੇ ਤੇ ਉੱਥੇ ਆ ਕੇ ਸਵਾਲ ਕਿਹਨੇ ਪੁੱਛਦੇ ਹੋ, ਉੱਥੇ ਆ ਕੇ ਸਵਾਲ ਪੁੱਛਦੇ ਕਿ 2005 ਦੀ, ਭੰਗੂ ਸਾਹਿਬ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, 2005 ਦੇ ਵਿੱਚ ਇੱਕ ਰਿਪੋਰਟ ਅਜਿਹੀ ਹੀ ਰਿਲੀਜ਼ ਹੋਈ ਸੀ ਜਿਹੜੀ ਇਹ ਸੀ ਕਿ ਜਦੋਂ ਸਵਾਲ ਪੁੱਛਿਆ ਗਿਆ ਕਿ ਇਹ ਵੀ ਪੜਤਾਲ ਕੀਤੀ ਗਈ ਇਸ ਪਾਰਲੀਮੈਂਟ ਦੇ ਵਿੱਚ, ਵੀ ਸਟਿੰਗ ਆਪਰੇਸ਼ਨ ਕੀਤਾ ਸੀ ਇੱਕ ਚੈਨਲ ਨੇ, ਉਸ ਚੈਨਲ ਦੇ ਵਿੱਚ
ਕਾਂਗਰਸ ਦੇ ਤੇ ਬੀਜੇਪੀ ਦੇ 2005 ਹਾਲਾਂਕਿ ਕਾਂਗਰਸ ਸੱਤਾ ਦੇ ਵਿੱਚ ਸੀ ਤੇ ਕਾਂਗਰਸ ਤੇ ਬੀਜੇਪੀ ਦੇ ਐਮਪੀਆਂ ਦੇ ਵਿੱਚੋਂ ਵੱਧ ਬੀਜੇਪੀ ਦੇ ਐਮਪੀ ਉਹ ਜਿਹੜੇ ਸਵਾਲ ਸੀ ਉਹ ਸਵਾਲ ਇਹ ਫੜੇ ਗਏ ਕਿ ਇਹ ਪੈਸੇ ਲੈ ਕੇ ਬਕਾਇਦਾ ਸਟਿੰਗ ਆਪਰੇਸ਼ਨ ਹੋਇਆ ਸੀ, ਸਟਿੰਗ ਆਪਰੇਸ਼ਨ ਦੇ ਵਿੱਚ ਦੋਸ਼ੀ ਪਾਏ ਗਏ ਸੀ ਬੀਜੇਪੀ ਦੇ ਐਮਪੀ ਵੀ ਤੇ ਕਾਂਗਰਸ ਦੇ ਐਮਪੀ ਵੀ। ਤੇ ਜਦੋਂ ਉੱਥੋਂ ਉਹ ਇਹ ਗੱਲ ਸਾਫ਼ ਹੁੰਦੀ ਹੈ ਕਿ ਜਿਹੜੀ ਗੱਲ ਕਿਸੇ ਨੇ ਪਾਸਵਰਡ ਦਿੱਤਾ, ਨੁਕਤਾ ਇਹ ਨਹੀਂ ਬਣਨਾ ਚਾਹੀਦਾ ਕਿ ਪਾਸਵਰਡ ਦਿੱਤਾ, ਨੁਕਤਾ ਇਹ ਬਣਨਾ ਚਾਹੀਦਾ ਕਿ ਪਾਰਲੀਮੈਂਟ ਦੇ ਅੰਦਰ ਜਿਹੜੇ ਸਾਡੇ ਇਹ ਐਮਪੀ ਜਾਂਦੇ ਆ ਚੁਣ ਕੇ ਕਿ ਇਹਨਾਂ ਦੇ ਜਿਹੜੇ ਸਵਾਲ ਨੇ ਜੇ ਲੋਕ ਹਿੱਤਾਂ ਨੂੰ ਮੁਖਾਤਿਬ ਨਹੀਂ ਤਾਂ ਪਾਰਲੀਮੈਂਟ ਦੀ ਜਿਹੜੀ ਐਥਿਕਸ ਕਮੇਟੀ ਹੈ ਜਾਂ ਜਿਹੜੀ ਕਮੇਟੀ ਜਿਹੜੇ ਸਪੀਕਰ ਹੈ ਕੀ ਸਪੀਕਰ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਜਿਹੜੇ ਇਹ ਸਵਾਲ ਨੇ ਇਹ ਸਵਾਲ ਕੀ ਲੋਕ ਹਿੱਤਾਂ ਨਾਲ ਜੁੜੇ ਹੈ, ਲੋਕ ਹਿੱਤਾਂ ਨਾਲ ਕੋਈ ਸਰੋਕਾਰ ਹੈ? ਜੇ ਇਹਨਾਂ ਦਾ ਕੋਈ ਸਰੋਕਾਰ ਲੋਕ ਹਿੱਤਾਂ ਨਾਲ ਨਹੀਂ ਤਾਂ ਪੰਗੂ ਸਾਹਿਬ ਮੈਂ ਸਮਝਦਾ ਕਿ ਇਹ ਗੱਲ ਪਿੱਛੇ ਜਾਣੀ ਦੋਮਦਰਜੇ ਦੀ ਗੱਲ ਨੂੰ ਮੂਹਰੇ ਲੈ ਆਉਂਦੇ ਆ, ਜਿਹੜੀ ਬੁਨਿਆਦੀ ਗੱਲ ਹੁੰਦੀ ਹੈ ਬੁਨਿਆਦੀ ਗੱਲ ਪਿੱਛੇ ਛੁੱਟ ਜਾਂਦੀ ਹੈ। ਕਿਉਂ ਇਹਦੇ ਪਿੱਛੇ ਕੀ ਬਰੋਲਾ ਪੈ ਗਿਆ ਕਿ ਇੱਕ ਐਮਪੀ ਜਿਹੜਾ ਆਪਦੇ ਹਲਕੇ ਦੇ ਵਿੱਚੋਂ ਚੁਣ ਕੇ ਆਉਂਦਾ ਹੈ, 4.5 ਸਾਲ ਉਹਨੂੰ ਚੁਣੇ ਨੂੰ ਹੋ ਗਏ ਮੋਗਾ ਮੋਹਿਤਰਾ, ਔਰ ਜਿਹੜੀ ਉਹ ਕੀ ਹੋ ਗਿਆ ਕਿ ਉਹਦੀ ਸਾਰਾ ਜਿਹੜਾ ਕੀਤਾ ਹੋਇਆ ਕੰਮ ਸੀ ਕਿ ਗੱਲ ਕੀ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਗੱਲ ਕਿਸੇ ਐਮਪੀ ਦੇ ਇੱਕ ਡਰਾ, ਇੱਕ ਤੁਹਾਨੂੰ ਸਦਮਾ ਸਿਧਾਂਤ ਤੁਸੀਂ ਪੜ੍ਹਿਆ ਹੋਣਾ, ਨਾਵਲ ਆਪਾਂ ਪੜ੍ਹਿਆ ਸੀ, ਜਿਹੜੀ ਦਹਿਸ਼ਤ ਕਰਨ ਦਾ ਇੱਕ ਜਿਹੜੀ ਮੋਦੀ ਦੀ ਫਾਸ਼ੀ ਹਕੂਮਤ ਹੈ ਉਹਦਾ ਇੱਕ ਹੱਲ ਹੈ ਕਿ ਆਉਣ ਵਾਲੇ ਸਮੇਂ 'ਚ ਅਡਾਨੀ ਬਾਰੇ ਕੋਈ ਸਵਾਲ ਪੁੱਛੇ ਨਾ ਜਾਣ। ਉਹ ਸੋਚਦੇ ਹੈ ਕਿ ਜੇ ਅਡਾਨੀ NDTV ਅੱਖ 'ਚ ਰੱਖਦਾ ਸੀ ਅਸੀਂ ਉਹਨੂੰ ਕਬਜ਼ੇ 'ਚ ਕਰ ਸਕਦੇ ਹਾਂ, ਜੇ ਹੁਣ ਮਹੁਆ ਮੋਹਿਤਰਾ ਕਿਉਂ ਤਿੱਖੇ ਸਵਾਲ ਅਡਾਨੀ ਬਾਰੇ ਕਰਦੀ ਹੈ, ਤਾਂ ਅਸਲ 'ਚ ਉਸ ਆਵਾਜ਼ ਨੂੰ ਉਸ MP ਦੀ ਆਵਾਜ਼ ਨੂੰ ਦਬਾਉਣ ਦਾ ਇੱਕ ਯਤਨ ਹੈ, ਉਹਦਾ ਤਕਨੀਕੀ ਨੁਕਤਾ, ਉਹਦੀ ਤਕਨੀਕੀ ਕਮਜ਼ੋਰੀ ਇੱਕ ਲੱਭ ਲਈ। ਹਾਲਾਂਕਿ ਉਸ ਬੰਦੇ ਨੇ ਜਿਹਨੇ ਉਹ ਜਿਹੜਾ ਹੀਰਾ ਨੰਦਨੀ ਸੀ ਦਰਸ਼ਨ ਹੀਰਾ ਨੰਦਨੀ, ਉਹਨੇ ਕਹਿਤਾ ਕਿ ਮੇਰੀ ਇਹ ਕੋਈ ਚਿੱਠੀ ਨਹੀਂ ਜਿਹੜੀ 4 ਪੇਜ ਦੀ ਚਿੱਠੀ ਐਥਿਕਸ ਕਮੇਟੀ ਕੋਲ ਜਾਰੀ ਕੀਤੀ ਹੈ, ਤੇ ਉਹਨੂੰ ਵੀ ਮੰਨਿਆ ਨਹੀਂ ਗਿਆ, ਉਹਨੂੰ ਮੰਨ ਲਿਆ ਇਹ ਕਿ ਇਹ ਠੀਕ ਹੈ, ਵਕੀਲ ਨੇ ਕਹਿਤਾ ਕਿ ਇਹ ਠੀਕ ਹੈ, ਐਥਿਕਸ ਕਮੇਟੀ ਨੇ ਉਹਨੂੰ ਮੰਨ ਲਿਆ ਤੇ ਸੁਪਰੀਮ ਜਿਹੜੀ ਪਾਰਲੀਮੈਂਟ ਹੈ ਪਾਰਲੀਮੈਂਟ ਨੇ ਉਹਨੂੰ ਉਹਦੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ। ਇਹ ਮੈਂ ਸਮਝਾਂ ਕਿ ਇਹ ਆਉਣ ਵਾਲੇ ਸਮੇਂ ਦੀ ਵੱਡੇ ਖਤਰੇ ਦਾ ਸੂਚਕ ਹੈ ਕਿ ਆਉਣ ਵਾਲੇ ਸਮੇਂ 'ਚ ਕੋਈ MP ਪਾਰਲੀਮੈਂਟ ਦੇ ਵਿੱਚ ਅਡਾਨੀ ਬਾਰੇ ਕੋਈ ਸਵਾਲ ਨਾ ਕਰੇ। ਇਹ ਮੈਂ ਸਮਝਦਾ ਕਿ ਆਪਾਂ ਨੂੰ ਇਸ ਐਂਗਲ ਤੋਂ ਦੇਖਣਾ ਚਾਹੀਦਾ ਕਿ ਅਸਲ 'ਚ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਲੁੱਟ ਹੈ ਉਸ ਲੁੱਟ ਦੇ ਖਿਲਾਫ ਜਿੱਥੇ ਅਸੀਂ ਜਥੇਬੰਦੀਆਂ ਉਹਨਾਂ ਦੀ ਲੁੱਟ ਦੇ ਖਿਲਾਫ ਲੜਦੇ ਹਾਂ, ਉਹਨਾਂ ਨੇ ਮੁਨਾਫਾ ਕਮਾਇਆ, ਲੋਕ ਗਰੀਬ ਹੋਇਆ, ਲੋਕ ਕੰਗਾਲ ਹੋਇਆ, ਉਹ ਮਾਲੋਮਾਲ ਹੋਇਆ। ਇਹ ਫਿਰ ਜਿਹੜਾ ਕੋਰੋਨਾ ਕਾਲ ਵੀ ਸੀ, ਕੋਰੋਨਾ ਕਾਲ ਦੇ ਦੌਰਾਨ ਵੀ ਇਹਨਾਂ ਦੀ ਆਮਦਨ ਵਧੀ ਹੈ, ਅਡਾਨੀ ਦੀ ਆਮਦਨ ਵਧੀ ਹੈ, ਅੰਬਾਨੀ ਦੀ ਆਮਦਨ ਵਧੀ ਹੈ। ਇਸੇ ਰਾਜ ਦੇ ਦੌਰਾਨ ਜਿਹੜਾ ਅਡਾਨੀ ਹੈ ਉਹ ਜੇ ਦੁਨੀਆਂ ਦਾ 1 ਨੰਬਰ ਦਾ ਅਮੀਰ ਮੁਲਕ ਬਣ ਗਿਆ ਤਾਂ ਇਹਦੇ ਪਿੱਛੇ ਕਾਰਨ ਕੀ ਹੈ? ਕਾਰਨ ਜਿਹੜੀ ਸਰਕਾਰ ਨੀਤੀ ਲੈ ਕੇ ਆਉਂਦੀ ਹੈ ਉਹ ਨੀਤੀ ਉਹ ਕਾਰਪੋਰੇਟ ਘਰਾਣੇ ਦੇ ਪੱਖ ਦੇ ਵਿੱਚ ਆਉਂਦੀ ਹੈ, ਲੋਕਾਂ ਦੇ ਵਿਰੋਧ 'ਚ ਹੁੰਦੀ ਹੈ, ਲੋਕ ਹੋਰ ਨਪੀੜੇ ਜਾਂਦੇ ਆ, ਲੋਕ ਹੋਰ ਵੱਧ ਗਰੀਬ ਹੋ ਜਾਂਦੇ ਆ, ਤੇ ਜਿਹੜੇ ਇਹ ਲੁਟੇਰੇ ਆ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਕਾਰਪੋਰੇਟ ਘਰਾਣੇ ਹੋਰ ਵੱਧ ਅਮੀਰ ਹੋ ਜਾਂਦੇ, ਆਏ ਦਿਨ ਇਹਦੀ ਜਿਹੜੀ ਆਮਦਨ ਹੈ ਉਹ ਅਮਰਵੀਰ ਵਾਂਗ ਵੱਧਦੀ ਜਾਂਦੀ ਹੈ। ਸੋ ਮੇਰਾ ਤੁਹਾਨੂੰ ਇਹ ਕਹਿਣ ਤੋਂ ਮਕਸਦ ਇਹ ਲੰਬੀ ਚੌੜੀ ਗੱਲਬਾਤ ਕਰਨ ਤੋਂ ਮਕਸਦ ਇਹ ਹੈ ਕਿ ਜਿਹੜੀ ਮਹੁਆ ਮੋਹਿਤਰਾ ਦੀ ਬਰਖਾਸਤਗੀ ਹੈ, ਮੈਂਬਰ ਦੀ ਮੈਂਬਰਸ਼ਿਪ ਖਾਰਜ ਕਰਨ ਦਾ, ਪਾਰਲੀਮੈਂਟ ਮੈਂਬਰ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਮਕਸਦ ਹੈ, ਉਹਦਾ ਮਕਸਦ ਹੈਗਾ ਕਿ ਕਾਰਪੋਰੇਟ ਘਰਾਣਿਆਂ ਦੀ ਖਾਸ ਕਰਕੇ ਅਡਾਨੀ ਦੀ ਜਿਹੜੀ ਲੁੱਟ ਹੈ, ਜਿਹੜੀ ਲੁੱਟ ਨੂੰ ਮਚਾਈ ਗਈ, ਜਿਹੜੇ ਸਾਡੇ ਕੁਦਰਤੀ ਸਰੋਤ ਨੇ, ਜੇ ਆਪਾਂ ਗੱਲ ਕਰਨੀ ਹੋਵੇ ਕੁਦਰਤੀ ਸਰੋਤਾਂ ਦੇ ਵਿੱਚੋਂ ਜਿਹੜੀਆਂ ਸਾਡੀਆਂ ਖਾਣਾਂ ਨੇ, ਕੋਲੇ ਦੀਆਂ ਖਾਣਾਂ ਨੇ, ਇਹ ਕਿਸੇ ਮੇਰਾ ਤੁਹਾਡਾ ਕਿਸੇ ਅਡਾਨੀ ਕਿਸੇ ਵੱਡੇ ਕਾਰਪੋਰੇਟ ਘਰਾਣੇ ਦਾ ਸਰਮਾਇਆ ਨਹੀਂ, ਇਹ ਮੁਲਕ ਦੀ ਇੱਕ ਕੁਦਰਤੀ ਸੋਮੇ ਨੇ ਜਿਹਨਾਂ ਸੋਮਿਆਂ ਨੂੰ ਲੁੱਟ ਕੇ ਅੱਜ ਉਹ ਇਹਦੇ ਕਾਬਜ਼ ਹੋਣ ਦੀ ਗੱਲ ਕਰ ਰਹੇ ਆ। ਭਾਵੇਂ ਰੇਲਵੇ ਦਾ ਸਵਾਲ ਹੈ, ਉਹ ਭਾਵੇਂ
ਸਾਡੀ ਜਹਾਜ਼ਰਾਨੀ ਦਾ ਸਵਾਲ ਹੈ। ਗੱਲ ਕੀ ਹੈ ਕਿ ਹਰ ਉਹ ਚੀਜ਼ ਜਿਹੜੀ ਚੀਜ਼ ਭਾਰਤ ਦੇ ਲੋਕਾਂ ਨੇ, ਭਾਰਤ ਦੇ ਕਿਰਤੀਆਂ ਨੇ ਉਸਾਰੀ ਹੈ, ਅੱਜ ਉਹਨਾਂ ਦੇ ਹਵਾਲੇ, ਅਡਾਨੀ ਦੇ ਹਵਾਲੇ ਕੀਤੀ ਜਾ ਰਹੀ ਹੈ, ਇਹ ਗੱਲ ਨੂੰ ਰੋਕਣ ਦੇ ਲਈ ਕਿ ਆਉਣ ਵਾਲੇ ਸਮੇਂ 'ਚ ਅਸਲ 'ਚ ਕੋਈ ਹੋਰ MP ਇਹ ਸਵਾਲ ਖੜੇ ਨਾ ਕਰੇ ਕਿ ਅਡਾਨੀ ਦੀ ਲੁੱਟ ਹੈ, ਕਿ ਆਉਣ ਖਾਰਜ ਕਰਨ ਪਿੱਛੇ ਵੀ, ਕਿ ਕੱਲ੍ਹ ਨੂੰ ਮਹੁਆ ਮੋਇਤਰਾ ਜੇ ਇਹਨੂੰ ਖਾਰਜ ਨਾ ਕੀਤਾ ਗਿਆ, ਜਿਹਨੂੰ ਮੈਂਬਰਸ਼ਿਪ ਦਾ ਪਾਸੇ ਨਾ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ 'ਚ ਮਹੁਆ ਮੋਇਤਰਾ ਨੇ ਫਿਰ ਅਜਿਹੇ ਸਵਾਲ ਖੜੇ ਕਰਨੇ ਆ ਜਿਹੜੇ ਸਵਾਲ ਮੋਦੀ ਤੇ ਮੋਦੀ ਦਾ ਤੇ ਜਿਹੜਾ ਮੋਦੀ ਹਕੂਮਤ ਦਾ ਤੇ ਜਿਹੜਾ ਅਡਾਨੀ ਦਾ, ਉਹ ਕਲਿੱਕ ਹੈ ਜਿਹੜਾ 2014 ਦੀ ਸਹੁੰ ਚੁੱਕਣ ਵੇਲੇ ਹੀ ਬਣਿਆ ਹੋਇਆ ਸੀ। ਅਸਲ 'ਚ ਉਹ ਜ਼ਹਿਰ ਹੋ ਜਾਊਗਾ, ਉਹ ਨੰਗਾ ਹੋ ਜਾਊਗਾ ਉਸ ਆਪਦੇ ਜਿਹੜੇ ਪਰਦਾ ਹੈ, ਉਸ ਪਰਦਾ ਚਾਕ ਹੋਣ ਤੋਂ ਡਰਦੇ ਹਾਂ। ਅਸਲ 'ਚ ਮਹੁਆ ਮੋਇਤਰਾ ਨੂੰ ਇਸ ਆਪਦੇ ਜਿਹੜਾ ਹਮਲੇ ਦਾ ਇੱਕ ਨਿੱਕੀ ਜਿਹੀ ਕਿਸੇ ਪਾਸਵਰਡ ਦੇਣ ਦੀ, ਜਿਹੜਾ ਦਿੱਤਾ ਨਹੀਂ ਜਾਣਾ ਚਾਹੀਦਾ, ਉਹਦਾ ਨਿਸ਼ਾਨਾ ਬਣਾ ਕੇ ਉਹਦੀ ਮੈਂਬਰਸ਼ਿਪ ਜਿਹੜੀ ਹੈ ਖਾਰਜ। ਜੀ ਦੱਸ ਸਾਹਿਬ, ਕੀ ਇਹਦੇ ਤਾਂ ਇੱਕੋ ਪੁਆਇੰਟ ਨੂੰ ਵੇਖਿਆ ਸਕਦਾ, ਦੇਖਿਆ ਜਾ ਸਕਦਾ? ਹੁਣ ਤੁਸੀਂ ਦੇਖੋ ਕਿ ਕਿਤੇ ਵੀ ਗੱਲ ਨਿਕਲ ਕੇ ਆ ਜੇ ਤਾਂ ਅਡਾਨੀ ਸਾਹਿਬ ਦਾ ਜ਼ਿਕਰ ਆਉਂਦਾ। ਹੁਣ ਆਪਾਂ 2-3 ਦਿਨ ਤੋਂ ਦੇਖ ਵੀ ਰਹੇ ਹਾਂ ਕਿ ਅਡਾਨੀ ਸਾਹਿਬ ਦੀ ਜਿਹੜੀ ਰਾਈਜ਼ ਹੋਈ ਹੈ, ਉਹਨਾਂ ਦੀ ਗਰੋਥ ਤੇ ਹੋਈ ਹੈ, ਫਾਈਨਾਂਸ ਦੇ ਵਿੱਚ 80 ਬਿਲੀਅਨ ਤੋਂ ਵੱਧ ਗਏ, ਉਹ ਉੱਪਰ ਚਲੇ ਗਏ, ਯਾਨੀ ਕਿ ਫਿਰ ਉਹ ਸਟੈਂਡ ਲੱਗ ਪਏ ਕਰਨ। ਜਦੋਂ ਪਾਰਲੀਮੈਂਟ ਦੇ ਵਿੱਚ ਉਹਨਾਂ ਨੂੰ ਸਵਾਲ ਹੁੰਦਾ ਤਾਂ ਉਦੋਂ ਹੀ ਆਹ ਡਿਸਪਿਊਟ ਖੜਾ ਹੁੰਦਾ। ਹਾਲਾਂਕਿ ਜੇਕਰ ਜਿਹੜੀ ID ਦੀ ਜ਼ਿਕਰ ਕਰਦੀ ਹੈ ਸਰਕਾਰ ਕਿ ID ਦਾ ਜਿਹੜਾ ਪਾਸਵਰਡ ਹੈ ਜਾਂ ID ਲੌਗਇਨ ਹੋਈ ਹੈ ਵੱਖ ਵੱਖ ਥਾਵਾਂ ਦੇ ਉੱਪਰ, ਕਿ ਉਹ ਹੀਰਾ ਨੰਦਾਨੀ ਹੋਰਾਂ ਕੋਲ ਵੀ ਲੌਗਇਨ ਹੋਈ ਹੈ। ਹੁਣ ਦੇਖੋ ਕਿ ਕਿੰਨੇ ਉਹ ਸੰਸਦ ਮੈਂਬਰ ਨੇ ਜਿਹੜੇ ਨਹੀਂ ਟੈਕਨੋਲੋਜੀ ਜਾਣਦੇ ਹੈਗੇ, ਉਹ ਵੱਖ ਆਪਣੇ ਆਪਣੇ ਸਟਾਫ ਨਾਲ ਸਾਂਝਾ ਕਰ ਲੈਂਦੇ ਨੇ, ਉਹ ਜਿਹੜਾ ਉਹਨਾਂ ਦਾ ਸਾਰਾ ਰਿਕਾਰਡ ਚੈੱਕ ਕਰਦੇ ਨੇ, ਡੇਟਾ ਜਿੱਥੇ ਅਪਲੋਡ ਵਗੈਰਾ ਹੁੰਦਾ ਸਭ ਦੇਖਦੇ ਨੇ ਉਹ। ਯਾਨੀ ਕਿ ਮਾਮਲਾ ਤਾਂ ਇੱਥੇ ਹੀ ਆ ਕੇ ਖੜ ਜਾਂਦਾ ਨਾ ਕਿ ਤੁਸੀਂ ਪਾਰਲੀਮੈਂਟ ਦੇ ਵਿੱਚ ਸਾਡੇ ਨਾ ਕਾਰਪੋਰੇਟ ਜਿਹਨਾਂ ਨਾਲ ਮੁਲਾਜ਼ਮ ਆ ਰਹੀ ਹੈ ਇਹਨਾਂ ਦੇ ਖਿਲਾਫ ਕਿਉਂ ਬੋਲਦੇ, ਖਾਸ ਕਰਕੇ ਅਡਾਨੀ ਸਾਹਿਬ ਦੇ ਖਿਲਾਫ। ਸਾਰੀ ਜਿਹੜੀ ਗੱਲ ਹੈ ਇੱਕੋ ਥਾਂ ਦੇ ਉੱਪਰ ਉਹ ਕੇਂਦਰਿਤ ਹੋ ਜਾਂਦੀ ਆ ਕਿ ਤੁਸੀਂ ਇੱਥੇ ਕਿਉਂ ਬੋਲੇ। ਹਾਲਾਂਕਿ ਪਿੱਛੇ ਜੇ ਸਕਿਉਰਿਟੀ ਬ੍ਰਿਜ ਦਾ ਮਾਮਲਾ ਹੋਇਆ, ਕਾਂਗਰਸ ਦੇ ਸਸਪੈਂਡ ਕਰਤੇ 150 ਤੋਂ ਵੱਧ ਜਿਹੜੇ MP ਸੀ, ਹੋਰ ਕਿੰਨੇ ਇਸ਼ੂ ਹੋਏ, ਉੱਥੇ ਨੈਸ਼ਨਲ ਸਕਿਉਰਿਟੀ ਦਾ ਇਸ਼ੂ ਨਹੀਂ ਆਉਂਦਾ ਹੈਗਾ, ਪਰ ਇੱਥੇ ਕਿਹਾ ਗਿਆ ਕਿ ਇਹ ਨੈਸ਼ਨਲ ਸਕਿਉਰਿਟੀ ਦਾ ਇਸ਼ੂ ਬਣਦਾ ਪਾਸਵਰਡ ਕਿਤੇ ਹੋਰ ਥਾਂ ਦੇ ਉੱਪਰ ਲੌਗਇਨ ਹੋਣਾ। ਤੁਸੀਂ ਵੀ ਜ਼ਿਕਰ ਕੀਤਾ ਕਿ ਮਹੁਆ ਹੋਰਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਐਥਿਕਸ ਕਮੇਟੀ ਦੇ ਸਾਹਮਣੇ ਆਪਣੀ ਗੱਲ ਦਾ ਰੱਖਣ ਦਾ। ਇਸਦੇ ਜਵਾਬ ਦੇ ਵਿੱਚ ਮਹੁਆ ਹੋਰਾਂ ਨੇ ਕਿਹਾ ਕਿ ਕੰਗਾਰੂ ਕੋਰਟ ਹੈ ਇਹ, ਅਤੇ ਨਾਲੋਂ ਨਾਲ ਇਹ ਵੀ ਗੱਲ ਕਹੀ ਕਿ ਜਿਹੜੀ ਕਮੇਟੀ ਬਣੀ ਸੀ ਐਥਿਕਸ ਕਮੇਟੀ, ਉਹਦੇ ਅੱਗੇ ਪੱਖ ਰੱਖਤਾ ਪਾਰਲੀਮੈਂਟ ਦੇ ਵਿੱਚ ਬੋਲਣ ਦੀ ਕੋਈ ਲੋੜ ਨਹੀਂ। ਯਾਨੀ ਗੱਲ ਤਾਂ ਨਿਕਲ ਕੇ ਇੱਥੇ ਆ ਜਾਂਦੀ ਕਿ ਤੁਸੀਂ ਅਡਾਨੀ ਸਾਹਿਬ ਦੇ ਖਿਲਾਫ ਬੋਲੇ ਕਿਵੇਂ, ਆਹੀ ਹੈ ਠੀਕ ਹੈ। ਜਿਹੜੀ ਆਪਾਂ ਗੱਲ ਪੰਗੂ ਸਾਹਿਬ ਇਹਦੇ ਹੁਣ ਗੱਲ ਕਰਦੇ ਹਾਂ, ਮੌਜੂਦਾ ਦੌਰ ਦੇ ਵਿੱਚ ਜੋ ਕੁਛ ਵਾਪਰ ਰਿਹਾ ਇਹ 'ਚ ਸਭ ਤੋਂ ਵੱਡਾ ਸਵਾਲ ਜਿਹੜਾ ਕੀਤਾ ਜਾ ਰਿਹਾ ਸੀ, ਆਪਾਂ ਇੱਕ ਪਿਛਲੇ ਦਿਨਾਂ ਦੇ ਵਿੱਚ ਮਹੁਆ ਮੋਇਤਰਾ ਨੇ ਤਾਂ ਕੋਲਾ ਘੁਟਾਲੇ ਦੀ ਗੱਲ ਕੀਤੀ ਸੀ, ਕੋਲਾ ਖਾਣਾ ਦੀ ਜਿਹੜੀ ਮਤਲਬ ਸਾਰੀ ਗੜਬੜ ਕੀਤੀ, ਜਿਹੜਾ ਸਾਰਾ ਨੁਕਸਾਨ ਪਹੁੰਚਾਇਆ ਗਿਆ ਅਤੇ ਉਹਦੇ ਢਿੱਡ ਜਾ ਪਿਆ ਅਡਾਨੀ ਦੇ, ਹੁਣ ਕੀ ਸੀ। ਹੁਣ ਪਿਛਲੇ ਸਮੇਂ 'ਚ ਇੱਕ ਰਿਪੋਰਟ ਇਦੋਂ ਵੀ ਵੱਡੀ ਸੀ ਜਿਹੜੀ ਹਿਡਨਬਰਗ ਦੀ ਰਿਪੋਰਟ ਸੀ, ਜਿਹੜੀ ਮੋਦੀ ਦੇ ਕਾਰੋਬਾਰ ਨੂੰ ਉਜਾਗਰ ਕਰਦੀ ਸੀ, ਕਾਰੋਬਾਰ 'ਤੇ ਤੋਂ ਪਰਦਾ ਚੱਕਦੀ ਸੀ ਵੀ ਕਿਵੇਂ ਧੋਖੇ ਧੜੀਆਂ ਦੇ ਨਾਲ, ਕਿਵੇਂ ਜਾਲੀਪਣੇ ਦੇ ਨਾਲ ਉਹ, ਪਰ ਉਹਦੇ ਪੱਖ ਦੇ ਵਿੱਚ ਸਾਰੀਆਂ ਸੰਸਥਾਵਾਂ ਸੇਬੀ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਸਾਰੀਆਂ ਉਹਦੇ ਪੱਖ ਦੇ ਵਿੱਚ ਖੜ ਗਈਆਂ। ਜਿਹੜੀ ਇੱਕ ਇੱਕ ਚੀਜ਼ ਉਹਨੇ ਆਪਦੇ ਕਬਜ਼ੇ 'ਚ ਕੀਤੀ ਹੋਈ ਹੈ ਕਿ ਹਰ, ਪਰ ਜਿਹੜੀ ਚੀਜ਼ ਉਹਦੇ ਪੱਖ 'ਚ ਨਹੀਂ ਬੋਲਦੀ ਹਾਲੇ ਵੀ, ਉਹਨੂੰ ਲੱਗਦਾ ਕਿ ਇਹ ਚੀਜ਼ ਮੇਰੇ ਹਾਲੇ ਕੰਟਰੋਲ 'ਚ ਨਹੀਂ ਹੈ, ਵੀ ਹੁਣ ਤਾਂ ਇਦੋਂ ਵੀ ਗਾਹਾਂ ਗੱਲ ਚਲੀ ਗਈ ਕਿ ਉਹਨਾਂ ਜਿਹੜੀ ਸਕਿਉਰਿਟੀ ਬ੍ਰੀਚ ਦਾ ਕੁਐਸਚਨ ਹੈ, ਇਹ ਮੈਂ ਤਾਂ ਸਮਝਿਆ ਕਿ ਸਕਿਉਰਿਟੀ ਬ੍ਰੀਚ ਦਾ ਕੁਐਸਚਨ ਤਾਂ ਹੈ ਹੀ ਨਹੀਂ, ਸਕਿਉਰਿਟੀ ਸਾਨੂੰ ਲਾਈ ਹੋਈ ਨਹੀਂ, ਉਹਨਾਂ ਨੇ ਗਲਤ ਕੀਤਾ ਹੀ ਨਹੀਂ। ਕੀ ਉਹਨਾਂ ਨੌਜਵਾਨਾਂ ਨੇ
ਜੇ ਮੋਦੀ ਦੀ ਤਾਨਾਸ਼ਾਹੀ ਦੀ ਗੱਲ ਕੀਤੀ ਹੈ, ਜੇ ਉਹਨਾਂ ਨੇ ਬੇਰੁਜ਼ਗਾਰੀ ਦੀ ਗੱਲ ਕੀਤੀ ਹੈ, ਜੇ ਉਹਨੇ ਕਿਸਾਨ ਅੰਦੋਲਨ ਦੀ ਗੱਲ ਕੀਤੀ ਹੈ, ਤਾਂ ਕੀ ਇਹ ਹਕੀਕੀ ਮੁੱਦੇ ਸਾਡੇ ਮੁਲਕ ਨੂੰ ਦਰਪੇਸ਼ ਹੈਗੇ ਕਿ ਨਾ ਹੈਗੇ? ਸਵਾਲ ਚਰਚਾ ਇਸ ਤੇ ਹੋਣੀ ਚਾਹੀਦੀ। ਮੈਂ ਤੁਹਾਨੂੰ ਪਹਿਲਾਂ ਗੱਲ ਕੀਤੀ ਹੈ ਕਿ 44% ਬਹਿਸ ਕਾਰਪੋਰੇਟ ਘਰਾਣਾ ਦੇ ਹਿੱਤਾਂ ਤੇ ਹੁੰਦੀ ਹੈ ਤੇ 3% ਬਹਿਸ ਲੋਕ ਮਸਲਿਆਂ ਤੇ ਹੁੰਦੀ ਹੈ, ਭ੍ਰਿਸ਼ਟਾਚਾਰ ਤੇ, ਬੇਰੁਜ਼ਗਾਰੀ ਤੇ। ਜਦੋਂ ਇਹ ਮਸਲਿਆਂ ਤੇ ਬਹਿਸ ਨਹੀਂ ਹੋਣੀ, ਜਦੋਂ ਇਹ ਮਸਲਿਆਂ ਤੇ ਬਹਿਸ ਕੀਤੀ ਕਰਨ ਤੋਂ ਰੋਕਣਾ ਕਿਵੇਂ ਹੈ? ਤਾਂ ਮੈਂ ਤਾਂ ਇਹ ਸਮਝਦਾ ਕਿ ਇਹ ਸਾਰਿਆਂ ਵਾਸਤੇ, ਸਾਰੇ ਇਹਨਾਂ ਦੀ ਸਰਕਾਰਾਂ ਵਾਸਤੇ, ਇਹ ਨਹੀਂ ਸੋਚਿਆ ਜਾ ਰਿਹਾ ਕਿ ਜਿਹੜਾ ਉਹਨਾਂ ਨੇ ਨੌਜਵਾਨਾਂ ਨੇ ਸਵਾਲ ਉਠਾਇਆ ਹੈ, ਬੇਸਿਕ ਮੁੱਦਾ ਉਹ ਹੈ ਕਿ ਉਹਨਾਂ ਨੂੰ ਕਿ ਅੱਜ ਦੇ ਮੁਲਕ ਦੇ ਅੰਦਰ ਜੇ ਬੇਰੁਜ਼ਗਾਰੀ ਵੱਧ ਰਹੀ ਹੈ, ਕੀ ਇਹ ਸਰਕਾਰ ਦੀ ਡਿਊਟੀ ਨਹੀਂ ਬਣਦੀ ਕਿ ਜੇ ਮੁਲਕ ਦੀ ਜਿਹੜੀ ਬਸੋ ਹੈ ਉਹ ਬਸੋ ਨੂੰ ਸੰਵਿਧਾਨ ਦੇ ਵਿੱਚ ਦਰਜ ਹੈ ਕਿ ਹਰ ਵਿਅਕਤੀ ਨੂੰ ਰੁਜ਼ਗਾਰ ਦਾ ਰੁਜ਼ਗਾਰ ਦੇਣਾ ਸੰਵਿਧਾਨਕ ਤੌਰ ਤੇ ਇਹ ਸਰਕਾਰ ਦੀ ਡਿਊਟੀ ਹੈ ਤੇ ਉਸ ਭਾਰਤੀ ਨਾਗਰਿਕ ਦਾ ਇਹ ਹੱਕ ਹੈ ਕਿ ਉਹ ਆਪਦੇ ਰੁਜ਼ਗਾਰ ਦੀ ਮੰਗ ਕਰੇ। ਤੇ 2014 ਦੇ ਵਿੱਚ ਕੰਗੂ ਸਾਹਿਬ ਜਦੋਂ ਸਰਕਾਰ ਸੱਤਾ 'ਚ ਆਈ ਹੈ ਤਾਂ ਉਦੋਂ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਭਲਾ ਕਿਹਨੇ ਕੀਤਾ ਸੀ? ਸਰਕਾਰ ਨੇ ਕੀਤਾ ਸੀ ਨਾ। ਤੇ ਜੇ ਉਹ ਬੇਰੁਜ਼ਗਾਰ ਸੀ ਤਾਂ ਹੀ ਵਾਅਦਾ ਕੀਤਾ, ਇਉਂ ਤਾਂ ਨਹੀਂ ਕੀਤਾ ਕਿ ਜੇ ਰੁਜ਼ਗਾਰ ਹੈ ਨਹੀਂ, ਰੁਜ਼ਗਾਰ ਤੇ ਲੱਗਿਆ ਹੁੰਦਾ, ਰੁਜ਼ਗਾਰ ਲੋੜ ਨਹੀਂ। ਪਰ 2 ਕਰੋੜ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਿਆ, 10 ਕਰੋੜ ਰੁਜ਼ਗਾਰ ਦੇਣਾ ਸੀ ਪਰ ਇਕੱਲੇ ਸੈਕਿੰਡ ਟਰਮ ਦੇ ਵਿੱਚ। ਦੂਸਰੀ ਜਿਹੜੀ ਹੁਣ ਚੱਲ ਰਹੀ ਇਹਨਾਂ ਦੀ ਦੌਰ ਹੈ, ਇਹਦੇ ਵਿੱਚ 1,10,00,000 ਨੌਕਰੀਆਂ ਸਿਰਫ ਕਰੋਨਾ ਕਾਲ ਚਲੇਗੀਆਂ, 1 ਸਾਲ ਦੇ ਦੌਰਾਨ ਚਲੇਗੀਆਂ। ਔਰ ਉਹਦੇ ਵਿੱਚੋਂ ਵੀ 90,00,000 ਨੌਕਰੀਆਂ ਸਾਡੇ ਪੇਂਡੂ ਖੇਤਰ ਦੇ ਵਿੱਚੋਂ ਗਈਆਂ। ਤੇ ਫਿਰ ਸਵਾਲ ਇਹ ਹੈ ਕਿ ਉਹਨਾਂ ਨੌਜਵਾਨਾਂ ਨੂੰ ਗੱਲ ਕਹਿਣ ਦਾ, ਸਰਕਾਰ ਦੇ ਦਰ ਬੰਦ ਕੀਤੇ ਹੋਏ ਆ, ਸੜਕਾਂ ਤੇ ਨਿਕਲਣਾ ਬੰਦ ਕੀਤਾ ਹੋਇਆ, ਜਵਾਨ ਬੰਦੀ ਉਹਨਾਂ ਦੀ ਕੀਤੀ ਵੀ ਹੈ, ਉਹਨਾਂ ਦੇ ਹੱਕ ਦੇ ਵਿੱਚ ਤੁਹਾਡੇ ਵਰਗਾ ਕੋਈ ਆਵਾਜ਼ ਨਹੀਂ ਉਠਾ ਸਕਦਾ, NDTV ਦੇ ਆਵਾਜ਼ ਨਹੀਂ ਉੱਠ ਸਕਦੀ। ਜਦੋਂ ਸਾਰੇ ਤੁਸੀਂ TV ਚੈਨਲਾਂ ਨੂੰ ਦੇਖਦੇ ਹੋ, ਹਿੰਦੀ ਅਖਬਾਰਾਂ ਨੂੰ ਦੇਖਦੇ ਹੋ, ਤਾਂ ਉਹਦੇ ਵਿੱਚੋਂ ਲੋਕ ਪੱਖ ਬਿਲਕੁਲ ਗਾਇਬ ਹੁੰਦਾ। ਉਹ ਬੋਲਦੇ ਕੀ ਨੇ? ਜੋ ਉਹ ਬੋਲਦੇ ਜੋ ਸੱਚ ਵੀ ਨਹੀਂ ਹੁੰਦਾ, ਲੋਕਾਂ ਨੂੰ ਲੋਕਾਂ ਦੇ ਮੁੱਦਿਆਂ ਤੋਂ ਭਟਕਾ ਕੇ ਦੋਮ ਦਰਜੇ ਦੇ ਮੁੱਦਿਆਂ ਤੇ ਲਿਆ ਕੇ ਲਿਆਉਣਾ ਅੱਜ ਦੇ TV ਚੈਨਲਾਂ ਦਾ ਮੁੱਖ ਮੁੱਦਾ ਬਣਿਆ ਪਿਆ। ਉਹਨਾਂ ਦੇ ਵਿੱਚੋਂ ਕਦੇ ਵੀ ਮੈਂ ਸਾਰਥਕ ਬਹਿਸ, ਭਾਵੇਂ ਆਜ ਤੱਕ ਹੈ, ਭਾਵੇਂ ਕੋਈ ਹੋਰ, ਭਾਵੇਂ ABP ਹੈ, ਭਾਵੇਂ ਲਾਈਵ ਲਾਈਵ ਆ, ਹੋਰ ਕਿੰਨੇ ਵੀ ਚੈਨਲ ਨੇ, ਉਹਨਾਂ ਚੈਨਲਾਂ ਤੇ ਮੈਂ ਕਦੇ ਵੀ ਮਹਿੰਗਾਈ ਕਿਉਂ ਵੱਧ ਰਹੀ ਹੈ, ਬੇਰੁਜ਼ਗਾਰੀ 45 ਸਾਲ ਦੇ ਸਫ਼ਰ ਦੇ ਵਿੱਚ ਸਭ ਤੋਂ ਉੱਚੀ ਦਰ ਤੇ 8% ਤੇ ਕਿਉਂ ਪਹੁੰਚੀ ਵੀ ਹੈ? ਤੇ ਜੇ ਉਹਨਾਂ ਨੌਜਵਾਨ ਕੀ ਤਾਨਾਸ਼ਾਹੀ ਅੱਜ ਹੈ ਨਹੀਂ, ਜਵਾਨਬੰਦੀ ਕੀਤੀ ਨਹੀਂ ਹੋਈ, ਕੀ ਅੱਜ ਬੁੱਧੀਜੀਵੀ ਉਮਰ ਖਾਲਦ ਵਰਗੇ ਸਾਡੇ ਨੌਜਵਾਨ, ਕੀ ਗੌਤਮ ਨੌਲੱਖਾ ਵਰਗੇ, ਕੀ ਸੁਧਾ ਭਾਰਦਵਾਜ ਵਰਗੇ, ਕੀ ਅੱਜ GN ਸਾਈਂ ਬਾਬਾ ਵਰਗੇ 90% ਅਪੰਗ ਅੱਜ ਜੇਲ੍ਹਾਂ ਦੇ ਵਿੱਚ ਨਹੀਂ ਸੜ ਰਹੇ ਇਹ ਹਾਕਮਾਂ ਦੀਆਂ ਨੀਤੀਆਂ ਕਾਰਨ? ਉਹਨਾਂ ਦਾ ਕਸੂਰ ਕੀ ਹੈ? ਉਹਨਾਂ ਦਾ ਕਸੂਰ ਇੰਨਾ ਹੀ ਹੈ ਕਿ ਉਹਨਾਂ ਨੇ ਇਹ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਜਿਹੜਾ ਤੰਤਰ ਹੈ, ਇਸ ਤੰਤਰ ਦੇ ਖਿਲਾਫ਼ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਹੈ, ਆਹੀ ਉਹਨਾਂ ਦਾ ਕਸੂਰ ਹੈ। ਤੇ ਮੁਲਕ ਦੇ ਅੰਦਰ ਜਿਹੜਾ ਵੀ ਬਛਿੰਦਾ ਮੁਲਕ ਦੇ ਬਛਿੰਦਿਆਂ ਦੀ ਗੱਲ ਕਰਦਾ ਹੈ, ਉਹਨੂੰ ਕਹਿ ਦਿਆ ਕਿ UAP ਲਾ ਕੇ ਅੰਦਰ ਕਰਦੇ। ਹੁਣ ਤਾਂ ਇਦੋਂ ਵੀ ਮਾੜੀ ਹਾਲਤ ਚਲੇ ਗਏ ਹਾਂ ਕਿ ਇੱਕ ਦਲਿਤ ਔਰਤ ਸੀ, UP ਦੇ ਅੰਦਰ ਹਾਥਰਸ ਦੀ ਘਟਨਾ ਵਾਪਰੀ ਸੀ, ਉਹਦਾ ਇੱਕ ਪੱਤਰਕਾਰ ਰਿਪੋਰਟ ਕਰਨ ਗਿਆ, ਜਿਹਨੂੰ ਰਾਤ ਨੂੰ ਜਾ ਕੇ ਕਦੇ ਵੀ ਇਹ ਹੋਇਆ ਨਹੀਂ ਇਤਿਹਾਸ ਦੇ ਵਿੱਚ ਵੀ ਰਾਤ ਨੂੰ ਘਰਦਿਆਂ ਤੋਂ ਬਿਨਾਂ ਮਿਲਾਏ ਉਹ ਕੁੜੀ ਜਬਰ ਦਾ ਸ਼ਿਕਾਰ ਹੋ ਗਈ, ਉਹਨੂੰ ਸੜ ਦਿੱਤਾ ਜਾਵੇ ਤੇ ਉਹਦਾ ਰਿਪੋਰਟਿੰਗ ਕਰਨ ਗਿਆ ਪੱਤਰਕਾਰ ਨੂੰ, UAP ਲਾ ਕੇ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਕਰ ਦਿਓ। ਇਹ ਹਾਲਤ ਜਦੋਂ ਇੱਥੋਂ ਤੱਕ ਪਹੁੰਚ ਜਾਵੇ ਤਾਂ ਮੈਨੂੰ ਇਹ ਦੱਸੋ ਕਿ ਉਹ ਬੇਰੁਜ਼ਗਾਰਾਂ ਵਾਸਤੇ ਕਿੱਥੇ ਸਪੇਸ ਹੈ, ਕਿਸਾਨਾਂ ਵਾਸਤੇ ਕਿੱਥੇ ਸਪੇਸ ਹੈ? ਜਦੋਂ ਦਿੱਲੀ ਦੇ ਬਾਰਡਰਾਂ ਤੇ ਘੋਲ ਚੱਲਿਆ ਤਾਂ ਕਿਸਾਨਾਂ ਨੂੰ ਕੀ ਨਹੀਂ ਕਿਹਾ ਗਿਆ? ਉਹਨਾਂ ਨੂੰ ਖਾਲਿਸਤਾਨੀ ਨਹੀਂ ਕਿਹਾ ਗਿਆ, ਉਹਨਾਂ ਨੂੰ ਮਾਓਇਸਟ ਨਹੀਂ ਕਿਹਾ ਗਿਆ, ਉਹਨਾਂ ਨੂੰ ਸ਼ਹਿਰੀ ਨਕਸਲ ਨਹੀਂ ਕਿਹਾ ਗਿਆ? ਇਹ ਗੱਲਾਂ ਲੋਕੀ ਉਹ ਜਿਹੜੇ ਕਾਨੂੰਨ ਸੀ ਉਹ ਤਿੰਨੇ ਕਾਨੂੰਨ ਕੀ ਇਹ ਸਾਫ਼ ਨਹੀਂ ਸੀ
ਕਿ 3 ਕਰੋੜ ਅਡਾਨੀ ਨੂੰ ਸਾਡਾ ਖੇਤੀ ਖੇਤਰ, ਸਾਡਾ ਪੇਂਡੂ ਸੱਭਿਆਚਾਰ ਜਿਹਦੇ ਵਿੱਚ ਅੱਜ ਵੀ 65% ਵਸੋਂ ਲੱਗੀ ਹੋਈ ਹੈ, ਕੀ ਇਹ ਸੱਚ ਨਹੀਂ ਸੀ? ਤੇ ਜਿਹਨੂੰ ਉਹ ਕਹਿੰਦੇ ਸੀ ਕਿ ਇਹ ਇਨਕਲਾਬੀ ਕਾਨੂੰਨ ਨੇ ਇਹ ਲੋਕਾਂ ਦੀ ਜ਼ਿੰਦਗੀ ਬਦਲ ਦੇਣਗੇ, ਤੇ ਹਾਲਤ ਇਹ ਬਣ ਗਈ ਕਿ ਜਦੋਂ ਉਹਨਾਂ ਲੋਕਾਂ ਨੂੰ ਫਿਰ ਜਦੋਂ ਵਾਪਸ ਵੀ ਲਿਆ ਤਾਂ ਇਹ ਕਿਹਾ ਸੀ, ਕਹਿੰਦਾ ਕਾਨੂੰਨ ਮੋਦੀ ਸਾਹਿਬ ਨੇ, ਕਹਿੰਦਾ ਦੀਵੇ ਵਰਗਾ, ਦੀਵੇ ਦੀ ਲਾਟ ਵਰਗਾ ਸੱਚ ਨੇ, ਇਹੋ ਜਿਹਾ ਚਾਨਣ ਦਿੰਦੇ ਆ, ਦੀਵੇ ਦੀ ਲਾਟ ਵਰਗਾ ਸੱਚ ਨੇ। ਤਾਂ ਮੈਂ ਸਮਝਿਆ ਕਿ ਉਹਨਾਂ ਲੋਕਾਂ ਕੋਲ ਸਪੇਸ ਕਿੱਥੇ ਆ? ਉਹ ਨੌਜਵਾਨ ਸੜਕਾਂ 'ਤੇ ਨਹੀਂ ਜਾਣਗੇ? ਉਹ ਨੌਜਵਾਨ ਹੈ ਕੀ ਸੀ? ਸਨੈਚਰ, ਸਨੈਚਰ ਹੈ ਕੀ? ਉਹ ਇੱਕ ਰੰਗ ਹੈ, ਉਹ ਰੰਗ ਇੱਕ ਧੂੰਆਂ ਛੱਡਦਾ, ਉਹ ਧੂੰਆਂ ਛੱਡ ਕੇ ਜਿਹੜਾ ਕੁਛ ਪਾਰਲੀਮੈਂਟ ਦੇ ਅੰਦਰ ਹੁੰਦਾ ਉਦੋਂ ਵੱਧ ਤਿੱਖਾ ਵਿਰੋਧ ਹੁੰਦਾ। ਹੁਣ ਜੇ ਪਾਰਲੀਮੈਂਟ ਦੇ ਅੰਦਰ ਤਾਂ ਇੱਕ ਕਹਿੰਦੇ ਪਲੇ ਕਾਰਡ ਲੈ ਕੇ ਆਉਣ 'ਤੇ ਵੀ ਪਾਬੰਦੀ ਹੋ ਜੂ, ਜਦਕਿ ਪਿਛਲੇ ਸਮੇਂ 'ਚ ਜਦੋਂ ਇਹ ਸਰਕਾਰ, ਇਹ ਪਾਰਟੀ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਦੋਂ ਵੀ ਵਿਰੋਧ ਹੁੰਦਾ ਸੀ ਪਾਰਲੀਮੈਂਟ ਦੇ ਅੰਦਰ, ਬਹੁਤ ਸਾਰੇ ਦਿਨਾਂ ਦੇ ਅੰਦਰ, ਸਮਿਆਂ ਦੇ ਅੰਦਰ, ਪੂਰੀ ਪੂਰੀ ਸਮੇਂ ਦੀ ਪਾਰਲੀਮੈਂਟ ਬੰਦ ਰਹਿ ਜਾਂਦੀ ਸੀ, ਯਾਨੀ ਬਲੌਕ ਹੋ ਜਾਂਦੀ ਸੀ, ਪਾਰਲੀਮੈਂਟ ਉੱਠ ਜਾਂਦੀ ਹੁੰਦੀ ਸੀ। ਤੇ ਉਦੋਂ ਇਹ ਕੀ ਹੈ ਕਿ ਇੱਥੋਂ ਤੱਕ ਕੀ ਹੈ ਕਿ ਚੇਅਰ ਦੇ ਮੂਹਰੇ ਆ ਕੇ ਨਾਅਰੇ ਲੱਗਦੇ ਹੁੰਦੇ ਸੀ, ਪਾਰਲੀਮੈਂਟ ਦੇ ਅੰਦਰ ਧਰਨੇ ਦਿੱਤੇ ਜਾਂਦੇ ਹੁੰਦੇ ਸੀ, ਯਾਨੀ ਸੋਕਾ ਡੈਮੋਕਰੇਸੀ ਜਿਹੜੀ ਅਖੌਤੀ ਜਮਹੂਰੀਅਤ ਦਾ ਵੀ ਹੈ। ਹੁਣ ਇਹਨਾਂ ਨੇ ਪੰਗੂ ਸਾਹਿਬ ਉਹ ਵੀ ਪਰਦਾ ਲਾ ਦਿੱਤਾ, ਹੁਣ ਰੱਖਿਆ ਨਹੀਂ ਹੈ, ਹੁਣ ਇਹ ਹੈ ਕਿ ਕਿਸੇ ਵੀ, ਉਹ ਭਾਵੇਂ ਕੋਈ ਚੁਣ ਕੇ ਆਇਆ ਤੇ ਭਾਵੇਂ ਉਹ ਕਿਸੇ ਜਨਤਕ ਜਥੇਬੰਦੀ ਦਾ ਨੁਮਾਇੰਦਾ, ਭਾਵੇਂ ਉਹ ਕੋਈ ਬੁੱਧੀਜੀਵੀ ਹੈ, ਭਾਵੇਂ ਉਹ ਕੋਈ ਪੱਤਰਕਾਰ ਹੈ, ਸਾਰਿਆਂ ਨੂੰ ਜੇ ਕੋਈ ਬੋਲਦਾ, ਜੇ ਕੋਈ ਲੋਕਾਂ ਦੇ ਮਸਲੇ ਉਠਾਉਂਦਾ, ਉਹਨਾਂ ਨੂੰ ਇਹੀ ਸਜ਼ਾ ਦਿੱਤੀ ਜਾਂਦੀ ਹੈ। ਜੇ ਹੁਣ 143 ਦੀ ਗਿਣਤੀ ਪਹੁੰਚ ਗਈ ਹੈ, ਹੁਣ ਕੱਲ੍ਹ 3 ਬਿੱਲ ਪਾਸ ਕੀਤੇ ਹੈ, ਉਹ 3 ਬਿੱਲ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਬਹੁਤ ਨੇੜਿਓਂ ਜੁੜੇ ਹੋਏ ਹਨ। ਉਹਨਾਂ 3 ਬਿੱਲਾਂ 'ਤੇ ਬਹਿਸ ਕਰਨ ਵਾਲਾ ਕੋਈ ਨਹੀਂ, ਇੱਕੋ ਬੋਲ ਰਿਹਾ ਬੰਦਾ, ਸ਼ਾਹ ਉਹਦੇ ਗੁਣਗਾਨ ਕਰ ਰਿਹਾ। ਇਹਤੋਂ ਪਹਿਲਾਂ ਜਿਹੜਾ ਕਹਿੰਦੇ ਸੀ ਅਸੀਂ ਇੰਡੀਆ ਗੇਟ ਹੈ ਉਹਨੂੰ ਕਤਰ ਪੈਰ ਪੱਥ ਬਣਾਤਾ, ਕਿਸੇ ਨੂੰ ਮਰਜ਼ੀ ਬਣਾ ਦਿਓ, ਅੱਜ ਵੀ ਇਹ ਪਤਾ ਨਹੀਂ ਹੈ ਸਾਰੇ ਸਾਡੇ ਭਾਰਤ ਦੇ ਲੋਕਾਂ ਨੂੰ, 140 ਕਰੋੜ ਤੋਂ ਉੱਪਰ ਦੀ ਵਸੋਂ ਨੂੰ, ਕਿ ਪਤਾ ਨਹੀਂ ਹੈ ਕਿ ਅਮਰੀਕਾ ਦੇ ਵਿੱਚੋਂ ਕਿੰਨਾ ਕਰਜ਼ਾ ਅਸੀਂ ਅਮਰੀਕਾ ਦੇਣਾ, ਕਿੰਨਾ ਕਰਜ਼ਾ ਅਸੀਂ ਆਸਟ੍ਰੇਲੀਆ ਦਾ ਦੇਣਾ, ਕਿੰਨਾ ਕਰਜ਼ਾ ਅਸੀਂ ਜਰਮਨ ਦਾ ਦੇਣਾ, ਕਿ ਕਿੰਨਾ ਮਾਲ ਬਣ ਕੇ ਚਾਈਨਾ ਦੇ ਵਿੱਚੋਂ ਆਉਂਦਾ, ਇਹਨੂੰ ਪਤਾ ਨਹੀਂ ਹੈ। ਭਾਰਤ ਦੇ ਅੰਦਰ ਕਦੇ ਇਹਨਾਂ ਨੇ ਕਿਹਾ ਸੀ, ਮੇਕਅਪ ਦਾ ਨਾਰਾ ਦਿੱਤਾ ਸੀ, ਮੇਕ ਇਨ ਇੰਡੀਆ ਦਾ ਨਾਰਾ ਦਿੱਤਾ ਸੀ ਕਿ ਆਹ ਅਸੀਂ ਚੀਜ਼ਾਂ, ਹਰ ਚੀਜ਼ ਭਾਰਤ ਦੇ ਵਿੱਚ ਬਣੂਗੀ। ਅੱਜ ਵੀ ਜਦੋਂ ਪਿਛਲੇ ਸਮੇਂ ਦੇ ਵਿੱਚ ਇੱਕ ਜਿਹੜਾ ਰਫੇਲ ਸੌਦਿਆਂ ਦਾ ਪੈਂਦਾ ਸੀ ਜਹਾਜ਼ ਫਰਾਂਸ ਤੋਂ ਆਉਣ ਦਾ, ਉਹਤੇ ਬਹਿਸ ਵੀ ਨਹੀਂ ਕਰਾਈ, ਸੌਦੇ ਤਾਂ ਆ ਰਹੇ ਹੈ। ਸੋ ਇਹ ਗੱਲ ਕਿ ਜਿਹੜੀ ਗੱਲ ਭਾਰਤ ਦੇ ਅੰਦਰ ਭਾਰਤ ਦੀ ਮੰਦਹਾਲੀ ਹੈ, ਉਹਨਾਂ ਨੌਜਵਾਨਾਂ ਨੇ, ਮੈਂ ਸਮਝਿਆ ਕਿ ਆਪਦੀ ਆਵਾਜ਼ ਪੋਲਿਆਂ ਨੂੰ ਸੁਣਾਉਣ ਦੇ ਲਈ ਇੱਕ ਧਮਾਕਾ ਨਹੀਂ ਕੀਤਾ, ਉਹਨੇ ਆਪਦਾ ਇੱਕ ਯਤਨ ਕੀਤਾ ਕਿ ਅਸੀਂ ਪਾਰਲੀਮੈਂਟ ਦੇ ਅੰਦਰ ਜਾ ਕੇ, ਉੱਥੇ ਜਾ ਕੇ ਆਪਦੀ ਆਵਾਜ਼ ਉਠਾ ਸਕਦੇ ਹਾਂ। ਉਹਨਾਂ ਨੂੰ ਹਾਕਮਾਂ ਨੂੰ ਦੱਸਿਆ ਵੀ ਹੈ ਕਿ ਜਿਹੜੀਆਂ ਸੜਕਾਂ ਤੁਸੀਂ ਬੰਦ ਕੀਤੀਆਂ ਨੇ, ਦਿੱਲੀ ਦਾ ਚੱਪਾ ਚੱਪਾ ਤੁਸੀਂ ਗਾਹ ਲਿਆ, ਤੇ ਉੱਥੇ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੌਜਵਾਨਾਂ ਨੇ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਹੜੀ ਲੋਕ ਵਿਰੋਧੀ ਹੋਵੇ, ਸਗੋਂ ਇਹ ਉਹਨਾਂ ਨੇ ਆਪਦੇ ਹੱਕ ਦੀ ਗੱਲ ਕੀਤੀ ਆ। ਰੁਜ਼ਗਾਰ ਮੰਗਣਾ ਸਾਡਾ ਹੱਕ ਹੈ, ਤਾਨਾਸ਼ਾਹੀ ਦੇ ਖਿਲਾਫ ਡਰਨਾ, ਅਸੀਂ ਜਮਹੂਰੀਅਤ ਨੂੰ ਬਹਾਲ ਕਰਾਉਣਾ ਸਾਡਾ ਬੁਨਿਆਦੀ ਹੱਕ ਹੈ, ਸਾਡੀ ਸਿਹਤ ਤੇ ਸਿੱਖਿਆ ਜਿਵੇਂ ਅੱਜ ਅਡਾਨੀਆਂ ਨੂੰ ਅੰਬਾਨੀਆਂ ਨੂੰ ਦੇ ਹਵਾਲੇ ਕੀਤੀ ਜਾ ਰਹੀ ਹੈ, ਲੋਕ ਸਿਹਤ ਦੇ ਇਲਾਜ ਪੱਖੋਂ ਮਰ ਰਹੇ ਹੈ, ਤੇ ਸਿੱਖਿਆ ਦੇ ਵਿੱਚੋਂ ਮੈਂ ਕੱਲ੍ਹ ਹੀ ਅੰਕੜਾ ਪੜ੍ਹ ਰਿਹਾ ਸੀ ਭੰਗੂ ਸਾਹਿਬ, ਕੁੱਲ 12% ਬੱਚੇ ਹੈ ਜਿਹੜੇ ਯੂਨੀਵਰਸਿਟੀਆਂ ਜਾਂਦੇ ਹੈ। ਜੇ ਤੁਸੀਂ ਰੋਕਣਾ ਕਰਤੱਵਿਆਂ ਪੱਥ ਫੜ ਕੇ ਤਾਂ ਨਹੀਂ ਰੁਕਣਾ, ਤੇ ਯੂਨੀਵਰਸਿਟੀਆਂ ਦੇ ਅੰਦਰ ਤਾਂ ਤੁਸੀਂ ਬਾਹਰਲੇ ਮੁਲਕਾਂ ਦੀਆਂ ਯੂਨੀਵਰਸਿਟੀਆਂ ਨੂੰ ਉਹਨਾਂ ਦਾ ਦਾਖਲਾ ਦਿੱਤਾ, ਸਾਡੀ ਸਿੱਖਿਆ ਦਾ ਗਹਿਣੇ ਪਾਤੀ ਉਹਨਾਂ ਕੋਲ ਬੈ ਕਰਤੀ, ਤੇ ਸਾਡੇ ਵਿਦਿਆਰਥੀਆਂ ਕੋਲ ਪੜ੍ਹਨ ਦਾ ਹੱਕ ਆਪਾਂ ਇਕੱਲੀ ਇੱਕੋ ਯੂਨੀਵਰਸਿਟੀ ਆ, ਸ਼ਾਇਦ ਕਾਫੀ ਮਹਿੰਗੀ ਆ, ਅਸ਼ੋਕਾ ਯੂਨੀਵਰਸਿਟੀ ਇੱਥੇ ਬਣੀ ਆ, ਸ਼ਾਇਦ ਹਰਿਆਣੇ ਦੇ ਲਾਗੇ ਪਾਣੀਪਤ ਦੇ ਵਿੱਚ ਆ, ਮੈਂ ਕਨਫਰਮ ਨਹੀਂ ਆ ਉਹਦੇ ਵਾਸਤੇ। ਸਾਡੀ ਯੂਨੀਵਰਸਿਟੀ ਜੇ ਪਟਿਆਲਾ ਯੂਨੀਵਰਸਿਟੀ ਹੈ, ਸਾਡੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, ਸਾਡੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਹੈ, ਉੱਥੇ ਤੁਹਾਡਾ ਤੇ ਮੇਰਾ ਬੱਚਾ ਪੜ੍ਹ ਸਕਦਾ ਜਾ ਕੇ, ਪਰ ਉੱਥੇ ਜਾ ਕੇ ਜਿਹੜੀ ਅਸ਼ੋਕਾ ਯੂਨੀਵਰਸਿਟੀ ਬਣਨੀ ਹੈ,
ਜਿਹਨਾਂ ਨੇ ਕੈਂਪਸਾਂ ਕੇ ਖੁੱਲਣੇ ਆ, ਅਸਲ ਤੋਂ ਉਹਨਾਂ ਨੂੰ ਇੱਥੋਂ ਤੱਕ ਨਹੀਂ ਸਰਦਾ ਕਿ ਸਾਡੇ ਮੁਲਕ ਦੇ ਨੌਜਵਾਨ ਵਿਦਿਆਰਥੀ ਉੱਧਰ ਚਲੇ ਜਾਣ, ਉੱਧਰ ਜਾ ਕੇ ਆਪਦੇ ਪੈਸੇ ਦੀ ਲੁੱਟ ਕਰਾਉਣ, ਡਾਲਰਾਂ ਦੇ ਰੂਪ 'ਚ ਉਹਨਾਂ ਦਾ ਢਿੱਡ ਭਰਨ। ਪਰ ਉਹ ਕਹਿੰਦੇ ਕਿ ਇੱਥੇ ਹੀ ਆ ਕੇ ਢਿੱਡ ਭਰ ਲਓ। ਸੌਖਾ ਤੁਹਾਨੂੰ ਇਹ ਹੋਜੂਗਾ ਕਿ ਨਾ ਹੁਣ ਜੇ ਜਾਂਦੇ ਆ ਨੌਜਵਾਨ ਜਾਂਦੇ ਆ ਤਾਂ ਰੁਜ਼ਗਾਰ ਮੰਗਦੇ, ਜਿਹੜਾ ਮੌਜੂਦਾ ਦੌਰ ਦਾ ਸੰਕਟ ਹੈ ਵੀ ਤੁਸੀਂ ਇੱਥੇ ਪੜ੍ਹਾਓ, ਰੁਜ਼ਗਾਰ ਮਿਲੇ ਨਾ ਮਿਲੇ, ਤੁਸੀਂ ਇੱਥੇ 40 ਲੱਖ ਰੁਪਇਆ ਲਓ, ਤੁਸੀਂ 50 ਲੱਖ ਰੁਪਇਆ ਲਓ। ਯਾਨੀ ਜੇ ਰੋਕਣਾ ਹੈ ਤਾਂ ਸਾਡੇ ਐਜੂਕੇਸ਼ਨ ਸਿਸਟਮ ਨੂੰ, ਸਾਡੇ ਸਿੱਖਿਆ ਸਿਸਟਮ ਨੂੰ ਤਾਂ ਜਿਹੜਾ ਇਹ ਪ੍ਰਬੰਧ ਠੀਕ ਕਰਨ ਦੀ ਲੋੜ ਹੈ ਕਿ ਮੁਲਕ ਦੇ ਮੁਲਕ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਨੂੰ ਸਾਡੇ ਮੁਲਕ ਦੇ ਅੰਦਰ ਲਿਆ ਕੇ ਇਹ ਗੱਲ ਕਰਾਉਣ ਦੀ ਲੋੜ ਹੈ। ਮੈਂ ਸਮਝਦਾ ਕਿ ਇਹ ਗੱਲ ਗਲਤ ਹੈ। ਨਿਸ਼ਾਨਾ 143 ਜਿਹੜੇ MPਆਂ ਨੂੰ ਬਣਾਇਆ ਉਹ ਰਾਜਸਭਾ ਦੇ 90 ਤੇ ਬਾਕੀ ਪਾਰਲੀਮੈਂਟ ਦੇ 90 ਹੈ, ਦੂਜੇ ਰਾਜਸਭਾ ਦੇ 45 ਮੈਂਬਰ ਹੈ। ਉੱਥੇ ਇਹਨਾਂ ਨੂੰ ਬਾਹਰ ਕਰਕੇ ਜਿਹੜੇ ਉਹ ਤਿੰਨੇ ਕਾਨੂੰਨ IPC, CRPC ਤੇ ਜਿਹੜਾ ਇੱਕ ਹੈਗਾ ਗਵਾਹਾਂ ਦਾ ਜਿਹੜਾ ਐਵੀਡੈਂਸ ਐਕਟ ਹੈ, ਉਹ ਤਿੰਨਾਂ ਨੂੰ ਮੈਂ ਸਮਝਦਾ ਕਿ ਇੰਨਾ ਮਾਰੂ ਬਣਾ ਦਿੱਤਾ ਹੈ ਕਿ ਉਹਦੇ ਅੰਦਰ ਹੁਣ ਕੋਈ ਜੱਜ ਵੀ ਸਰਕਾਰ ਤੋਂ ਪੁੱਛਿਆ ਕਰੂਗਾ ਕਿ ਮੈਂ ਸਜ਼ਾ ਕਰਦੇ ਹਾਂ। ਜੇ ਜੱਜ ਦੀ ਫਾਈਲ ਕਿਸੇ ਨੇ ਖੋਲ੍ਹੀ, ਸਰਕਾਰ ਨੇ ਹੱਕ ਲੈ ਲਿਆ ਕਿ ਜੱਜਾਂ ਨੂੰ, ਜੱਜਾਂ ਦੇ ਕੀਤੇ ਹੋਏ ਫੈਸਲਿਆਂ ਤੇ ਨਜ਼ਰਸਾਨੀ ਸਰਕਾਰ ਕਰੂਗੀ, ਜਿੱਥੇ ਅੱਗੇ ਜੇ ਸੈਸ਼ਨ ਕੋਰਟ ਨੇ ਫੈਸਲਾ ਕਰਤਾ ਹਾਈ ਕੋਰਟ ਉਹਦੀ ਫੈਸਲੇ ਦੀ ਸਮੀਖਿਆ ਕਰ ਸਕਦੀ ਹੈ, ਸੁਪਰੀਮ ਕੋਰਟ ਉਸ ਫੈਸਲੇ ਦੀ ਸਮੀਖਿਆ ਕਰ ਸਕਦੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਕੋਰਟਾਂ ਦੇ ਅੰਦਰ ਸਾਰੇ ਫੈਸਲੇ ਠੀਕ ਹੁੰਦੇ ਆ, ਪਰ ਇੱਕ ਨਿਆਂਪਾਲਿਕਾ, ਕਾਰਜਪਾਲਿਕਾ ਤੇ ਵਿਧਾਨਪਾਲਿਕਾ ਨੇ, ਤਿੰਨਾਂ ਦੇ ਵਿੱਚ ਆਪੋ ਆਪਣੇ ਕੰਮ ਵੰਡੇ ਹੋਏ ਆ। ਹੁਣ ਕੀ ਕਰ ਲਿਆ ਸਰਕਾਰ ਨੇ, ਅਸਲ 'ਚ ਸਾਰਾ ਕੁਛ ਆਪਦੇ ਹੱਥ ਦੇ ਵਿੱਚ ਲੈ ਲਿਆ। ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਉੱਥੇ ਉਹ ਬੁਨਿਆਦੀ ਤੌਰ ਤੇ ਜਿਹੜਾ ਉਹ 6 ਜਾਂ 7 ਫੜ ਲਿਆ, ਜਿਹੜਾ ਉਹਨਾਂ ਨੇ ਆਪਦਾ ਰੋਸ ਪ੍ਰਦਰਸ਼ਨ ਦਾ ਢੰਗ ਚੁਣਿਆ, ਉਹ ਢੰਗ ਚੁਣਨ ਦੇ ਵਿੱਚ ਉਹਨੇ ਵਰਤਿਆ ਕੀ ਹੈ, ਜਿਹੜਾ BJP ਹੈ। ਜੇ ਨਹੀਂ ਹੁਣ ਨੂੰ ਜੇ ਕੋਈ ਕਾਂਗਰਸ ਦਾ ਜਾਂ ਕਿਸੇ ਹੋਰ ਪਾਰਟੀ ਦਾ MP ਹੁੰਦਾ ਜਿਹਦੇ ਰਾਹੀਂ ਉਹ ਨੌਜਵਾਨ ਦਾਖਲ ਹੋਏ ਹੁੰਦੇ, ਹੁਣ ਨੂੰ ਸਾਰੀ ਕਾਂਗਰਸ ਨੂੰ, ਸਾਰੇ ਕਿਸੇ ਹੋਰ ਨੂੰ, ਉਹਨੂੰ ਜਾਂ ਤ੍ਰਿਣਮੂਲ ਕਾਂਗਰਸ ਦੇ MP ਨੂੰ ਜਾਂ ਉਹ ਸਾਰੀ ਪਾਰਟੀ ਨੂੰ ਬਦਨਾਮ ਕਰਕੇ ਉਹਦੇ ਤੇ ਜੂਏ ਕੀ ਮੜਿਆ ਜਾ ਸਕਦਾ ਸੀ, ਉਹਨੂੰ ਅੰਦਰ ਕੀਤਾ ਜਾ ਸਕਦਾ ਸੀ। ਪਰ ਹੁਣ ਉਹ BJP ਦਾ MP ਹੈ ਜਿਹਦੇ ਤੱਕ ਉਹਨਾਂ ਨੌਜਵਾਨਾਂ ਨੇ ਅਪਰੋਚ ਕਰਕੇ ਢੰਗ ਲੱਭਿਆ, ਔਰ ਅੱਜ ਦੀ ਨਹੀਂ ਪਤਾ ਨਹੀਂ ਕਿੰਨੇ ਸਾਲ ਦੀਆਂ ਕੋਸ਼ਿਸ਼ਾਂ ਕਰਦੇ ਹੋਣਗੇ। ਔਰ ਇਹ ਗੱਲ ਹੈ ਕਿ ਉਹ ਉਹ ਸਿਰਫਿਰੇ ਨੌਜਵਾਨ ਨਹੀਂ ਕਿਹਾ ਜਾ ਸਕਦਾ ਉਹਨੂੰ, ਨਾ ਹੈਗੇ ਆ, ਉਹ ਵੈਲ ਐਜੂਕੇਟਡ ਨੌਜਵਾਨ ਨੇ। ਉਹ ਭਗਤ ਸਿੰਘ ਦੀ ਆਈਡੀਆਲੋਜੀ ਨੂੰ ਕਹਿੰਦਾ ਕਿ ਅਸੀਂ ਭਗਤ ਸਿੰਘ ਫੈਨ ਕਲੱਬ ਦੇ ਹੈਗੇ ਹਾਂ, ਔਰ ਜਿਹੜੇ ਭਗਤ ਸਿੰਘ ਦੇ ਰਾਹ ਤੇ ਚੱਲਦੇ ਆ ਉਹ ਭਗਤ ਸਿੰਘ ਨੇ ਵੀ ਕਿਹਾ ਸੀ ਕਿ ਬੋਲਿਆਂ ਨੂੰ ਸੁਣਾਉਣ ਦੇ ਲਈ ਧਮਾਕੇ ਕਰਨ ਦੀ ਲੋੜ ਪੈਂਦੀ ਆ 8 ਅਪ੍ਰੈਲ 1929 ਦੇ ਵਿੱਚ। ਇਹਨਾਂ ਹਾਕਮਾਂ ਨੂੰ ਜਦੋਂ ਇਹ ਲੋਕਾਂ ਦੇ ਮਸਲੇ ਸੁਣਨਗੇ ਨਾ, ਤਾਂ ਲਾਜ਼ਮੀ ਹੈ ਕਿ ਉਹ ਨੌਜਵਾਨ ਅਜਿਹਾ ਰਸਤਾ ਅਖਤਿਆਰ ਕਰਨਗੇ ਜਿਹੜੇ ਰਸਤੇ ਨਾਲ ਭਾਰਤ ਦੇ ਲੋਕਾਂ ਤੱਕ, ਸੰਸਾਰ ਦੇ ਲੋਕਾਂ ਤੱਕ ਭਾਰਤੀ ਹਾਕਮਾਂ ਦੀ ਅਸਲੀਅਤ ਪਹੁੰਚ ਜਾਵੇ। ਇਹੀ ਉਹਨਾਂ ਨੇ ਕੀਤਾ ਕਿ ਸਾਡੀ ਆਵਾਜ਼ ਪਾਰਲੀਮੈਂਟ ਦੇ ਵਿੱਚ ਜਾ ਕੇ, ਜੇ ਅੱਜ ਤੋਂ ਪਹਿਲਾਂ 9.5 ਸਾਲ ਤੋਂ ਉੱਪਰ ਸਰਕਾਰ ਨੂੰ ਸਮਾਂ ਹੋ ਗਿਆ, ਹੁਣ ਤੱਕ ਕੀ ਕਦੇ ਬੇਰੁਜ਼ਗਾਰਾਂ ਦੀ ਸਮੱਸਿਆ ਵੱਲ ਧਿਆਨ ਦਿੱਤਾ ਹੈ? ਕੀ ਕਦੇ ਸਾਡੀ ਜਿਹੜੀ ਲੋਕ ਨੇ, ਜਿਹੜੇ ਸਾਡੇ ਲੋਕਾਂ ਦੀ ਆਵਾਜ਼ ਹੈ, ਮਨ ਕੀ ਬਾਤ ਕਰਨ ਦਾ ਲੋਕਾਂ ਨੂੰ ਕਦੇ ਪ੍ਰੈਸ ਨੂੰ ਵਿਖਾਤੇ ਹੋਏ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ ਹੋਇਆ, ਜਿਹੜੇ ਕਹਿੰਦੇ ਸਭ ਤੋਂ ਵੱਡੇ ਅਸੀਂ ਇੱਥੋਂ ਦੇ ਅਲੰਬੜਦਾਰ ਬਣਦੇ ਹਾਂ ਕਿ ਪ੍ਰੈਸ ਦੀ ਆਜ਼ਾਦੀ ਹੈ, ਜਮਹੂਰੀਅਤ ਹੈ, ਇੱਕ ਵੀ ਵਾਰ ਜੇ ਪ੍ਰੈਸ ਨੂੰ ਇਸ ਦਾ ਸਾਹਮਣਾ ਨਹੀਂ ਕਰ ਸਕਦੇ, ਤਾਂ ਮੈਂ ਸਮਝਦਾ ਕਿ ਹੁਣ ਤਾਂ ਪਾਰਲੀਮੈਂਟ ਦੇ ਅੰਦਰ, ਭੰਗੂ ਸਾਹਿਬ ਗੱਲ ਅਗਲੀ ਹੈ ਕਿ ਪਾਰਲੀਮੈਂਟ ਦੇ ਅੰਦਰ MPਆਂ ਦੇ ਵਿਰੋਧ ਦਾ ਸਾਹਮਣਾ ਕਰਨ ਦੀ ਸਮਰੱਥਾ ਵੀ ਇੱਥੋਂ ਦੀ ਸਰਕਾਰ ਗੁਆ ਚੁੱਕੀ ਹੈ। ਇੱਥੋਂ ਦੀ ਜਿਹੜੀ BJP ਦੀ ਪਾਰਟੀ ਹੈ, ਜਿਹੜੀ ਫਿਰਕੂ ਫਾਸਿਸਟ ਹੈ, ਉਹ ਅਸਲ 'ਚ ਆਪਦਾ ਇਹ ਪੱਖ ਖਤਮ ਕਰ ਚੁੱਕੀ ਹੈ ਕਿ ਅੰਦਰ ਪਾਰਲੀਮੈਂਟ ਦੇ ਅੰਦਰ ਵੀ ਵਿਰੋਧ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਉਹਨਾਂ ਸਾਹਮਣੇ ਇਹ ਸਵਾਲ ਹੀ ਕਿ ਪਲੇ ਕਾਰਡ ਕਹਿੰਦਾ, ਅਸਲ 'ਚ ਤਾਂ ਆਨਾ ਹੋ ਰਿਹਾ, ਬਹਾਨਾ ਹੋ ਰਿਹਾ, ਨਿਸ਼ਾਨਾ ਹੋ ਰਿਹਾ। ਨਿਸ਼ਾਨਾ ਤਾਂ ਅਸਲ 'ਚ ਹਰ ਥਾਂ ਦੇ ਉੱਤੇ ਤਾਨਾਸ਼ਾਹੀ ਲਾਗੂ ਕਰਕੇ ਹਰ ਵਿਰੋਧ ਦੀ ਆਵਾਜ਼ ਨੂੰ, ਹਰ ਲੋਕਾਂ ਦੇ ਮਸਲੇ ਨੂੰ ਚੁੱਕਣ ਵਾਲੀ ਆਵਾਜ਼ ਨੂੰ ਬੰਦ ਕਰਾਉਣਾ, ਜਬਰੀ ਤੌਰ ਤੇ ਉਹਦਾ ਜਿਹੜਾ ਗਲਾ ਘੁੱਟਣਾ, ਇਸ ਤੇ ਇੱਕ ਮੋਦੀ ਸਰਕਾਰ ਤੁਲੇ।
ਜੀ ਬਿਲਕੁਲ ਬਿਲਕੁਲ। ਸੋ ਦੱਸ ਸਾਹਿਬ ਦੇਖੋ ਕਿ ਗੱਲ ਤਾਂ ਇਹੀ ਹੈ ਕਿ ਕਿਰਤੀ ਕਾਮਿਆਂ ਕਿਸਾਨਾਂ ਦੀ ਜਿਹੜੀ ਲੁੱਟ ਹੈ ਉਹ ਲੁੱਟ ਅਸੀਂ ਕਿਸ ਤਰੀਕੇ ਨਾਲ ਕਰੀਏ। ਖੇਤੀ ਖੇਤਰ ਦੀ ਤੁਸੀਂ ਗੱਲ ਕੀਤੀ, ਕਿਸਾਨ ਅੰਦੋਲਨ ਲੜਿਆ ਗਿਆ, 3 ਖੇਤੀ ਕਾਨੂੰਨ ਆਏ, ਨਹੀਂ ਤਾਂ ਇੱਥੇ ਲੁੱਟ ਹੋ ਰਹੀ ਹੈ। ਪੰਜਾਬ ਦੇ ਵਿੱਚ ਹੀ ਜੇਕਰ ਮੈਂ ਜ਼ਿਕਰ ਕੀਤਾ, ਕਿੰਨੇ ਹਰ ਰੋਜ਼ ਜਿਹੜੇ ਮਜ਼ਦੂਰ ਨੇ ਉਹ ਖੁਦਕੁਸ਼ੀ ਕਰ ਜਾਂਦੇ ਨੇ, ਕਿੰਨੇ ਕਿਸਾਨ ਖੁਦਕੁਸ਼ੀ ਕਰ ਜਾਂਦੇ ਨੇ, ਪਰ ਜਿਹੜੀਆਂ ਸਰਕਾਰਾਂ ਆਪਣੇ ਆਪ ਨੂੰ ਇਹਨਾਂ ਲੋਕਾਂ ਦੇ ਅੱਗੋਂ ਨੁਮਾਇੰਦੇ ਦੱਸ ਕੇ ਸੱਤਾ ਦੇ ਵਿੱਚ ਆਉਂਦੀਆਂ ਨੇ, ਕਦੇ ਉਹਨਾਂ ਨੇ ਜ਼ਿਕਰ ਕੀਤਾ, ਕਦੇ ਇਹ ਗੱਲ ਉਹਨਾਂ ਦੇ ਏਜੰਡੇ ਦੇ ਉੱਪਰ ਆਈ ਕਿ ਕਿਰਤੀ ਕੰਮ ਨੇ, ਕਿਸਾਨ ਲੋਕ ਹਰ ਨਿੱਤ ਖੁਦਕੁਸ਼ੀ ਕਰ ਰਹੇ ਨੇ, ਉਹਨਾਂ ਦੀ ਕਿਤੇ ਕੋਈ ਇੱਥੇ ਬਾਤ ਪੈਂਦੀ ਹੈ? ਪਰ ਨਹੀਂ, ਸਾਡੀਆਂ ਸਰਕਾਰਾਂ ਕਾਰਪੋਰੇਟ ਦੇ ਹੱਥਾਂ ਦੇ ਵਿੱਚ ਲਈਆਂ ਗਈਆਂ, ਕਾਰਪੋਰੇਟ ਫਾਈਨਾਂਸ ਕਰ ਰਿਹਾ, ਸਰਕਾਰਾਂ ਉਹਨਾਂ ਦੇ ਲਈ ਰਾਹ ਮੋਕਲੇ ਕਰ ਰਹੀਆਂ ਨੇ। ਗੱਲ ਸਾਰੀ ਇੱਥੇ ਖੜੀ ਹੈ, ਲੁਕਾਈ ਜਿੰਨੀ ਆ ਰਹੀ ਹੈ, ਲੁਕਾਈ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਜਿਹੜੇ ਲਗਾਤਾਰ ਮਨਸੂਬੇ ਨੇ ਉਹ ਘੜੇ ਜਾ ਰਹੇ ਨੇ। ਸੋ ਅੱਜ ਦੱਤ ਸਾਹਿਬ ਆਪਾਂ ਨੇ ਮੂਹਾਂ ਮਿੱਤਰਾਂ ਤੋਂ ਗੱਲ ਸ਼ੁਰੂ ਕੀਤੀ ਸੀ, ਤੁਸੀਂ ਤਮਾਮ ਤਰ੍ਹਾਂ ਦਾ ਇਹਦੇ 'ਤੇ ਲਿਆ ਕੇ ਜ਼ਿਕਰ ਕੀਤਾ, ਬੜਾ ਕੁਛ ਸਾਡੀ ਜਿਹੜੀ ਵਿਊਅਰਸ਼ਿਪ ਹੈ ਇਹਨੂੰ ਬੜਾ ਕੁਛ ਸਮਝਣ ਨੂੰ ਮਿਲੂਗਾ ਇਸ ਪੂਰੇ ਆਪਣੇ ਪ੍ਰੋਗਰਾਮ ਦੇ ਵਿੱਚੋਂ। ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਆਪਾਂ ਕਾਰਪੋਰੇਟ ਦੀ ਲੁੱਟ ਦੇ ਖਿਲਾਫ਼ ਅੱਗੇ ਜਿਹੜੀ ਹੈਗੇ ਨੇ ਗੱਲਾਂ ਬਾਤਾਂ ਲੋਕਾਂ ਅੱਗੇ ਰੱਖਾਂਗੇ। ਤੁਸੀਂ ਨਾਲ ਜੁੜੇ ਸਮਾਂ ਦਿੱਤਾ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ, ਬਹੁਤ ਬਹੁਤ ਸ਼ੁਕਰੀਆ ਦੱਤ ਸਾਹਿਬ ਤੁਹਾਡਾ, ਧੰਨਵਾਦ। ਹਾਂ ਗੁਰਜਿੰਦਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਲਾਜ਼ਮੀ ਗੱਲ ਆਪਣੀ ਕਾਫੀ ਵੱਡੀ ਹੈ, ਜਿਹੜੀਆਂ ਆਪਾਂ ਨੂੰ ਹੋਰ ਕਰਨ ਵਾਲੀਆਂ ਨੇ, ਮਸਲੇ ਬੜੇ ਵੱਡੇ ਆ। ਇਹਦੇ ਪਿੱਛੇ ਵੀ ਆਪਾਂ ਗੱਲ ਕਰਾਂਗੇ ਕਿ ਜਿਹੜਾ ਇਹ ਮਸਲਾ, ਜਿਵੇਂ ਇਹ ਲੈ ਕੇ ਆਉਂਦਾ ਅਕਤੂਬਰ 2023 ਦੇ ਵਿੱਚ, ਜਦੋਂ ਪਿਛਲੇ ਸਮੇਂ 'ਚ ਪੰਗੂ ਸਾਹਿਬ ਮਸਲਾ ਹੋਇਆ ਸੀ, ਜਦੋਂ ਪੱਤਰਕਾਰਾਂ ਦੇ ਉੱਤੇ ਨਿਊਜ਼ ਕਲਿੱਕ ਦੇ ਪੱਤਰਕਾਰਾਂ 'ਤੇ ਹਮਲਾ ਹੋਇਆ ਸੀ, ਉਹ ਬੜਾ ਵੱਡਾ ਇਸ਼ੂ ਹੈ। ਆਪਾਂ ਜਲਦੀ ਉਸ ਇਸ਼ੂ 'ਤੇ ਗੱਲ ਕਰਾਂਗੇ, ਕਿਵੇਂ ਉਹਨਾਂ ਬੰਦਿਆਂ ਦੇ, ਅਨੁਰਾਗ ਠਾਕਰ ਜਿਹੜਾ ਗ੍ਰਹਿ ਰਾਜ ਮੰਤਰੀ ਹੈ, ਉਹਦੇ ਬਿਆਨ, ਉਹਨੇ ਬਿਆਨ ਦਿੱਤਾ ਤੇ 30 ਨਿਊਜ਼ ਕਲਿੱਕ ਦੇ ਪੱਤਰਕਾਰਾਂ 'ਤੇ ਹਮਲੇ ਕੀਤੇ, 2 ਪੱਤਰਕਾਰ ਅੱਜ ਵੀ ਜੇਲ੍ਹ ਦੇ ਵਿੱਚ ਬੰਦ ਨੇ, ਤੇ ਕਿਵੇਂ ਉਹ ਬੰਦਿਆਂ ਨੇ, ਉਹ ਅੱਜ ਜਦੋਂ ਉਹਨਾਂ ਦੇ ਇੱਕ ਜੱਜ ਨੇ ਫੈਸਲਾ ਦਿੱਤਾ ਕਿ ਜਿਹੜੇ ਦਿੱਲੀ ਦੰਗੇ ਕਰਵਾਏ, ਜਿਹ 'ਚ 38 ਜਾਨਾਂ ਗਈਆਂ, 250 ਬੰਦੇ ਫੱਟੜ ਹੋਏ, ਤੇ ਜਿਹੜਾ ਜੱਜ ਸੀ, ਉਸ ਜੱਜ ਨੇ ਜਦੋਂ ਕਹਿਤਾ ਕਿ ਪਰਚਾ ਦਰਜ ਕਰ ਦਿਓ, ਤਾਂ ਉਸ ਜੱਜ ਨੂੰ ਮੈਂ ਸਮਝਦਾ ਕਿ ਰਾਤੋਂ ਰਾਤ ਬਦਲ ਕੇ ਮੁਰਲੀਧਰ ਜੱਜ ਸਾਹਿਬ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਭੇਜ ਦਿੱਤਾ ਸੀ, ਤੇ ਉਹਨਾਂ ਤਿੰਨਾਂ ਨੂੰ, ਜਿਹੜੇ ਪ੍ਰਵੇਸ਼ ਵਰਮਾ, ਜਿਹੜਾ ਮਿਸ਼ਰਾ ਤੇ ਅਨੁਰਾਗ ਠਾਕਰ ਹੈ, ਇਹਨਾਂ ਤਿੰਨਾਂ ਨੂੰ ਦਾ ਕੁੱਖ ਨਹੀਂ ਵਿਗੜਿਆ। ਇਹਨਾਂ ਦੇ ਸਿਰ ਤੇ ਸਗੋਂ ਉਲਟਾ ਹੀ ਹੋਇਆ ਕਿ ਇਹਨਾਂ ਦੇ ਫਲਾਨੇ ਕਿਸੇ ਬੰਦੇ ਨੇ ਕਿਹਾ ਕਿ ਇਹਨਾਂ ਕੋਲ ਚੀਨੀ ਕੰਪਨੀਆਂ ਕੋਲ ਪੈਸਾ ਆਉਂਦਾ, ਤੇ ਸਾਡੇ ਪੱਤਰਕਾਰਾਂ ਨੂੰ, ਸਾਡੀ ਜਿਹੜੀ ਪੱਤਰਕਾਰਤਾ ਦੀ ਵੀ ਜਿਹੜੀ ਜਵਾਨ ਬੰਦੀ ਹੈ, ਕਰਨ ਦੇ ਲਈ ਐਡਾ ਵੱਡਾ ਹਮਲਾ ਹੈ। ਆਪਾਂ ਉਸ ਵਿਸ਼ੇ ਦੇ ਉੱਤੇ ਜਲਦੀ, ਮੈਂ ਉਮੀਦ ਕਰੂੰਗਾ ਕਿ ਤੁਸੀਂ ਆਪਣਾ ਸਮਾਂ ਕੱਢੋਗੇ, ਆਪਾਂ ਆਪਦੇ ਸਮੇਂ ਦੇ ਵਿੱਚ ਉਹ ਜਿਹੜੀ ਪੱਤਰਕਾਰਤਾ ਤੇ ਹਮਲੇ ਹੈ ਬਕਾਇਦਾ ਹੀ ਆਪਾਂ ਕਰਨਾ ਚਾਹਾਂਗੇ, ਕਿਉਂਕਿ ਪੱਤਰਕਾਰਾਂ ਨੂੰ, ਜਿਹਨੂੰ ਇਹ ਕਹਿੰਦੇ ਆ ਕਿ ਥੰਮ ਹੈ, ਤਾਂ ਅਸਲ ਥੰਮ ਨੂੰ, ਜਿਹੜਾ ਥੰਮ ਹੈ ਉਹਨੂੰ ਕਿਵੇਂ ਦਬਾਇਆ ਜਾਂਦਾ, ਆਪਾਂ ਲਾਜ਼ਮੀ ਗੱਲ ਕਰਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਿਲਕੁਲ, ਤੁਹਾਡਾ ਵੀ ਦੱਸ ਸਾਹਿਬ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।